ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਟੀਵੀ ਦੇ ਦਰਸ਼ਕੋ, ਅੱਜ 34 ਸਾਲ ਹੋ ਗਏ ਹਨ, 34 ਬਰੇ ਹੋ ਗਏ ਹਨ ਜਿਹੜਾ 1984 ਦਾ ਘੱਲੂਘਾਰਾ ਵਾਪਰਿਆ। ਉਸ ਸਮੇਂ ਜਿਹੜੇ ਸਿੰਘਾਂ ਨੇ ਭਾਰਤ ਸਰਕਾਰ ਦੇ ਨਾਲ ਇੱਕ ਡਾਹ ਕੇ ਜੰਗ ਲੜੀ, ਬਹੁਤ ਜਿਹੜੀਆਂ ਸੰਗਤਾਂ ਵੀ ਉੱਥੇ ਸ਼ਹੀਦ ਹੋ ਗਈਆਂ, ਸਿੰਘ ਵੀ ਸ਼ਹੀਦ ਹੋ ਗਏ। ਅਤੇ ਲੇਕਿਨ ਉਸ ਵੇਲੇ ਦਾ ਅੱਜ ਵੀ ਜਿਹੜੇ ਆ ਸਿੱਖਿਆ ਉਹਨਾਂ ਦੇ ਮਨਾਂ ਦੇ ਵਿੱਚ ਦਰਦ ਜਿਉਂਦਾ ਤਿਉਂ ਹੈ, ਅਤੇ ਉਹ ਗੱਲਾਂ ਅੱਜ ਵੀ ਸੁਣਨੀਆਂ ਚਾਹੁੰਦੇ ਹਨ, ਸਾਂਝੀਆਂ ਕਰਨੀਆਂ ਚਾਹੁੰਦੇ ਹਨ ਕਿ ਉਦੋਂ ਕੀ ਵਾਪਰਿਆ ਸੀ। ਅਤੇ ਅੱਜ ਸਾਡੇ ਨਾਲ ਉਸ ਵੇਲੇ ਜਿਹੜੇ ਮੋਰਚੇ ਦੇ ਵਿੱਚ ਸ਼ਾਮਿਲ ਸਨ, ਭਾਈ ਮਨਜੀਤ ਸਿੰਘ ਜੀ ਭੂਮਾ, ਜੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹਨ, ਉਹ ਸਾਡੇ ਨਾਲ ਅੱਜ ਜਿਹੜੇ ਆ ਬਾਜੇ ਕੌਮ ਦੇ ਸਟੂਡੀਓ ਦੇ ਵਿੱਚ ਗੱਲ ਕਰ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮਨਜੀਤ ਸਿੰਘ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਕਿ 1984 ਦਾ ਜਿਹੜਾ ਘੱਲੂਘਾਰਾ ਵਾਪਰਿਆ ਉਹਨੂੰ 34 ਸਾਲ ਹੋ ਗਏ ਹਨ, ਅੱਜ 5 ਜੂਨ ਆ, ਤੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਅੱਜ ਤੋਂ 34 ਸਾਲ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਸੀ, ਕੀ ਹੋਇਆ ਸੀਗਾ ਅਸਲੀ ਜਦੋਂ ਮਤਲਬ ਇਹ ਭਾਣਾ ਜਿਹੜਾ ਵਾਪਰਿਆ ਭਾਰਤ ਸਰਕਾਰ ਵੱਲੋਂ ਹਮਲਾ ਕੀਤਾ ਗਿਆ, ਹੋਇਆ ਕੀ ਸੀ ਭਾਈ ਸਾਹਿਬ ਜੀ? ਕੱਲ ਸਵੇਰੇ ਅੰਮ੍ਰਿਤ ਵੇਲੇ 4:40 ਤੇ ਭਾਰਤੀ ਫੌਜ ਨੇ ਤੋਪਾਂ ਦੇ ਗੋਲੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸੁੱਟ ਕੇ ਬਿਨਾਂ ਕਿਸੇ ਅਗਾਊਂ ਚੇਤਾਵਨੀ ਦਿੱਤਿਆਂ ਲੜਾਈ ਦਾ ਐਲਾਨ ਕਰ ਦਿੱਤਾ ਸੀ। ਤੇ ਅੱਗੇ ਸਿੰਘਾਂ ਨੇ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਭਾਈ ਅਮਰੀਕ ਸਿੰਘ ਜੀ ਦੇ ਜਾਬਾਜ਼ ਸਾਥੀਆਂ ਨੇ ਦਮਦਮੀ ਟਕਸਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘਾਂ ਨੇ ਭਾਰਤੀ ਫੌਜ ਦਾ ਆਪਣੇ ਮੋਰਚਿਆਂ ਚੋਂ ਡਟ ਕੇ ਮੂੰਹ ਤੋੜਵਾਂ ਜਵਾਬ ਦੇਣਾ ਜਿਹੜਾ ਵਾ ਸ਼ੁਰੂ ਕਰ ਦਿੱਤਾ ਸੀ। ਜਾਣੀ ਕਿ ਗੋਲੀ ਦਾ ਜਵਾਬ ਗੋਲੀ ਵਿੱਚ ਆਹਮੋ ਸਾਹਮਣੀ ਦਿੱਤਾ ਜਾਣ ਲੱਗ ਪਿਆ ਸੀ। ਇਹ ਘਮਸਾਨ ਦੀ ਜੰਗ, ਗਹਿ ਗੱਚ ਲੜਾਈ 4 ਜੂਨ ਨੂੰ ਸਾਰਾ ਦਿਨ, 4 ਤੇ 5 ਦਰਮਿਆਨੀ ਰਾਤ ਨੂੰ ਘਮਸਾਨ ਦਾ ਜਿਹੜਾ ਵਾ ਇਹ ਯੁੱਧ ਜਿਹੜਾ ਵਾ ਲਗਾਤਾਰ ਦੋਵਾਂ ਪਾਸਿਆਂ ਵੱਲੋਂ ਜਿਹੜਾ ਵਾ ਚੱਲਦਾ ਰਿਹਾ। ਜੇ ਮੈਂ ਇਹ ਕਹਾਂ ਜਿਵੇਂ ਸ਼ਾਹ ਮੁਹੰਮਦ ਨੇ ਲਿਖਿਆ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਹੁਣ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ ਜੀ। ਇਹ ਜੰਗ ਇੱਕ ਦੇਸ਼ ਵਿੱਚ ਦੋ ਬਾਦਸ਼ਾਹ ਦੇ ਦਰਮਿਆਨ ਤੇ ਦੋ ਤਖਤਾਂ ਦੇ ਦਰਮਿਆਨ ਲੜੀ ਜਾ ਰਹੀ ਸੀ। ਇੱਕ ਦਿੱਲੀ ਤਖਤ ਸੀ, ਇੱਕ ਸਿੱਖਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਸੀ, ਇੱਕ ਪਾਸੇ ਹਿੰਦੁਸਤਾਨ ਦੀ ਬਾਦਸ਼ਾਹ ਇੰਦਰਾ ਗਾਂਧੀ ਸੀ, ਦੂਸਰੇ ਪਾਸੇ ਸਿੱਖਾਂ ਦੇ ਬੇਤਾਜ ਬਾਦਸ਼ਾਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਲੜਾਈ ਅਗਵਾਈ ਦੇ ਵਿੱਚ। ਇਹ ਜਿਹੜੀ ਆ ਲੜਾਈ ਆਹਮੋ ਸਾਹਮਣੀ ਜਿਹੜੀ ਆ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਅਤੇ ਬਾਹਰ ਜਿਹੜੀ ਆ ਲੜੀ ਜਾ ਰਹੀ ਸੀ। ਭਾਰਤੀ ਫੌਜ ਦੇ ਜਨਰਲ ਸੁੰਦਰ ਜੀ ਅਤੇ ਵੈਦਿਆ ਨੇ ਇੰਦਰਾ ਗਾਂਧੀ ਨੂੰ ਇਹ ਭਰੋਸਾ ਦਿੱਤਾ ਸੀ, ਜਿਨ੍ਹਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪਿੰਡ ਰੋਡੀ ਦੇ ਲਾਗੇ ਹੀ ਉਸ
ਫੌਜ ਦੇ ਜਰਨੈਲ ਦਾ ਪਿੰਡ ਸੀ ਜਿਹੜਾ ਸਿਰੋਂ ਮੋਨਾ ਸੀ ਕੁਲਦੀਪ ਬਰਾੜ। ਇਹਨਾਂ ਤਿੰਨਾਂ ਜਰਨੈਲਾਂ ਨੇ ਇੰਦਰਾ ਗਾਂਧੀ ਨੂੰ ਇਹ ਭਰੋਸਾ ਦਿੱਤਾ ਸੀ ਅਸੀਂ 2-2.5 ਘੰਟਿਆਂ ਦੇ ਵਿੱਚ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਜਿਉਂਦਾ ਜਾਂ ਮੁਰਦਾ ਜਿਹੜਾ ਵਾ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ। ਪਰ ਇਸ ਕਮਸਾਨ ਦਾ ਜੋ ਯੁੱਧ ਹੋ ਰਿਹਾ ਸੀ ਉਸ ਵਿੱਚ ਭਾਰਤੀ ਫੌਜ ਦੀਆਂ ਸਾਰੀਆਂ ਰਣਨੀਤੀਆਂ ਸਾਰੀਆਂ ਯੋਜਨਾਵਾਂ ਸਾਰੇ ਪੈਂਤੜੇ ਧਰੇ ਦੇ ਧਰੇ ਰਹਿ ਗਏ ਸੀ ਔਰ ਸਿੰਘਾਂ ਨੇ ਫੌਜ ਨੂੰ ਨਾਨੀ ਚੇਤੇ ਕਰਾਤੀ ਸੀ। ਫੌਜ ਦੇ ਮੂੰਹ ਮੋੜ ਕੇ ਜਿਹੜਾ ਵਾ ਸਿੰਘਾਂ ਨੇ ਦਿੱਲੀ ਵੱਲ ਕਰ ਦਿੱਤੇ ਸੀ। ਹੁਣ ਜਦੋਂ ਫੌਜੀ ਜਰਨੈਲਾਂ ਦੀ ਖੂਹ ਨਿਕਲ ਗਈ ਕਿ ਇਹ ਕਹਾਣੀ ਉਹ ਨਹੀਂ ਜੋ ਅਸੀਂ ਸੋਚ ਰੱਖੀ ਸੀ, ਇਹ ਕਹਾਣੀ ਕੋਈ ਹੋਰ ਹੈ, ਤਾਂ ਉਹਨਾਂ ਨੇ ਕੰਟਰੋਲ ਰੂਮ ਰਾਹੀਂ ਦਿੱਲੀ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਦੇ ਨਾਲ ਸੰਪਰਕ ਕੀਤਾ ਕਿ ਅੱਗੋਂ ਸਿੰਘਾਂ ਦਾ ਜ਼ਬਰਦਸਤ ਹਮਲਾ ਸਾਡੇ ਤੇ ਹੋ ਰਿਹਾ ਵਾ, ਫੌਜ ਦਰਬਾਰ ਸਾਹਿਬ ਦੇ ਅੰਦਰ ਤੇ ਕੀ ਨੇੜੇ ਨੇੜੇ ਵੀ ਸਿੰਘ ਜਿਹੜਾ ਵਾ ਉਸਨੂੰ ਫੜਕਣ ਨਹੀਂ ਆ ਦੇ ਰਹੇ। ਇਹ ਜੰਗ ਜਦੋਂ ਲਗਾਤਾਰ ਚੱਲਦੀ ਰਹੀ ਤਾਂ ਭਾਰਤੀ ਫੌਜ ਦੇ ਹੈਲੀਕਾਪਟਰ ਵੀ ਜਿਹੜੇ ਆ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਜਿਹੜੇ ਆ ਉੱਡਣੇ ਸ਼ੁਰੂ ਹੋ ਗਏ, ਕਿਉਂਕਿ ਉਹ ਸਰਵੇ ਕਰ ਰਹੇ ਸੀ ਕਿ ਇੰਨੀ ਸਖਤ ਗੋਲਾਬਾਰੀ, ਇੰਨਾ ਵੱਡਾ ਕਮਸਾਨ ਦਾ ਯੁੱਧ ਜਿਹੜਾ ਅਸੀਂ ਕਦੀ ਸੁਪਨੇ ਚ ਵੀ ਨਹੀਂ ਸੋਚਿਆ ਕਿ ਅੰਦਰੋਂ ਇਸ ਤਰ੍ਹਾਂ ਦੀ ਸਥਿਤੀ ਦਾ ਭਾਰਤੀ ਫੌਜ ਨੂੰ ਸਾਹਮਣਾ ਕਰਨਾ ਪਊਗਾ, ਸਿੰਘ ਫੌਜ ਨੂੰ ਲੋਹੇ ਦੇ ਚਣੇ ਚ ਪਾ ਦੇਣਗੇ। ਤਾਂ ਉੱਪਰੋਂ ਉਹਨਾਂ ਸਰਵੇ ਅਨੁਸਾਰ ਭਾਰਤੀ ਫੌਜ ਦੇ ਹੈਲੀਕਾਪਟਰਾਂ ਨੇ ਸਾਰੇ ਸਰਵੇ ਕਰਕੇ ਥੱਲੇ ਆਪਣੇ ਕੰਟਰੋਲ ਰੂਮ ਨੂੰ ਇਹ ਰਿਪੋਰਟਾਂ ਦਿੱਤੀਆਂ ਕਿ ਤੁਸੀਂ ਫਲਾਣੇ ਫਲਾਣੇ ਮੋਰਚਿਆਂ ਤੇ ਸਿੰਘਾਂ ਦੇ ਜਿਹੜਾ ਵਾ ਫਾਇਰਿੰਗ ਕਰੋ, ਜਿਹੜੇ ਥੱਲੇ ਮੋਰਚਿਆਂ ਚੋਂ ਫੌਜ ਨੂੰ ਸਿੰਘਾਂ ਦੇ ਮੋਰਚੇ ਦਿਖਾਈ ਜਿਹੜਾ ਵਾ ਨਹੀਂ ਦੇ ਰਹੇ ਸੀ, ਜਿਵੇਂ ਕਿ ਸਾਡਾ ਹੀ ਪਾਣੀ ਦੀ ਟੈਂਕੀ ਵਾਲਾ ਮੋਰਚਾ ਉਹਦਾ ਬਾਹਰੋਂ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ, ਲੇਕਿਨ ਅੰਦਰੋਂ ਮੋਰਚਾ ਜਿਹੜਾ ਵਾ ਫੌਜ ਨੂੰ ਕਿਸੇ ਵੀ ਪਾਸਿਓਂ ਸਿਰ ਨਹੀਂ ਸੀ ਪੁੱਟਣ ਦੇ ਰਿਹਾ, ਕਿਉਂਕਿ ਭਾਰਤੀ ਫੌਜ ਗਲੀਆਂ ਦੇ ਵਿੱਚੋਂ ਅੰਦਰ ਦਾਖਲ ਨਹੀਂ ਸੀ ਹੋ ਰਹੀ। ਜੇ ਕੋਈ ਦਾਖਲ ਜਦੋਂ ਫੌਜ ਹੋਣ ਲੱਗਦੀ ਸੀ ਤੇ ਜਿਹੜੇ ਸਾਡੇ ਥੱਲੇ ਸਿੰਘਾਂ ਦੇ ਮੋਰਚੇ ਸੀ ਉਹਦਾ ਗੋਲੀਆਂ ਦਾ ਪ੍ਰਸ਼ਾਦ ਫੌਜੀਆਂ ਨੂੰ ਜਿਹੜਾ ਵਾ ਸਿੰਘ ਬਾ ਖੂਬੀ ਜਿਹੜਾ ਵਾ ਵਰਤਾ ਕੇ ਤੇ ਸਦਾ ਦੀ ਜਿਹੜਾ ਵਾ ਨੀਂਦੇ ਜਿਹੜਾ ਵਾ ਸਵਾਰੇ ਸੀ। ਤੇ ਫੌਜ ਦਾ ਅਗਲਾ ਪੈਂਤੜਾ ਇਹ ਸੀ ਕਿ ਅਸੀਂ ਜੋ ਫੌਜੀ ਮੋਰਚੇ ਬਣੇ ਆ ਜਾਂ ਮਕਾਨਾਂ ਦੀਆਂ ਛੱਤਾਂ ਵਾ ਮਕਾਨਾਂ ਦੀਆਂ ਬਿਲਡਿੰਗਾਂ ਵਾ ਉਹਦੇ ਉੱਪਰੋਂ ਉੱਪਰੋਂ ਦੀ ਹੋ ਕੇ ਆਪਾਂ ਸ੍ਰੀ ਦਰਬਾਰ ਸਾਹਿਬ ਦੇ ਲਾਗੇ ਜਿਹੜਾ ਵਾ ਪਹੁੰਚੀਏ, ਤਾਂ ਪਾਣੀ ਵਾਲੀ ਟੈਂਕੀ ਦੇ ਉੱਪਰੋਂ ਰਾਮਗੜੀਆ ਬੁੰਗੇ ਦੇ ਉੱਪਰੋਂ ਅੰਨਾ ਧੁੰਦ ਜਿਹੜੀ ਆ ਗੋਲੀ ਜਦੋਂ ਇਹ ਫੌਜੀ ਛੱਤਾਂ ਤੋਂ ਉੱਪਰ ਵੱਧਦੇ ਸੀ ਤਾਂ ਇਹ ਜਿਹੜੇ ਵਾ ਭਾਰਤੀ ਫੌਜੀ ਜਿਹੜਾ ਵਾ ਉਸ ਯੋਜਨਾ ਦੇ ਵਿੱਚ ਵੀ ਜਿਹੜਾ ਵਾ ਇਹ ਫੇਲ ਹੋ ਗਏ ਸੀ ਕਿ ਛੱਤਾਂ ਰਾਹੀਂ ਆਪਾਂ ਜਿਹੜਾ ਵਾ ਅੱਗੇ ਵਧੀਏ। ਹੁਣ ਭਾਰਤੀ ਫੌਜ ਨੇ ਕੀ ਕੀਤਾ 5 ਤਰੀਕ ਨੂੰ ਕਿ 2-2.5 ਵਜੇ ਦੀ ਗੱਲ ਆ ਜਦੋਂ 2 ਹੈਲੀਕਾਪਟਰ ਦਰਬਾਰ ਸਾਹਿਬ ਦੇ ਉੱਪਰ ਉੱਡ ਰਹੇ ਨੇ ਉਹ ਰਿਪੋਰਟਾਂ ਤੇ ਸਰਵੇ ਕਰ ਰਹੇ, ਉਹਨਾਂ ਥੱਲਿਓਂ ਕੰਟਰੋਲ ਰੂਮ ਨੂੰ ਇਹ ਰਿਪੋਰਟ ਦਿੱਤੀ ਕਿ ਜਿੰਨੀ ਦੇਰ ਤੁਸੀਂ ਪਾਣੀ ਵਾਲਾ ਟੈਂਕੀ ਵਾਲਾ ਮੋਰਚਾ ਨਹੀਂ ਤੋੜਦੇ ਉਨੀ ਦੇਰ ਫੌਜ ਜਿਹੜਾ ਵਾ ਕਿਸੇ ਪ੍ਰਕਾਰ ਵੀ ਕਿਸੇ ਤਰ੍ਹਾਂ ਵੀ ਅੱਗੇ ਜਿਹੜਾ ਵਾ ਨਹੀਂ ਵੱਧ ਸਕਦੀ। ਤਾਂ ਭਾਈ ਸਾਹਿਬ ਜੀ 2-2.5 ਵਜੇ ਦੇ ਕਰੀਬ ਤੋਪਾਂ ਦੇ ਗੋਲੇ ਮਾਰ ਕੇ ਪਾਣੀ ਦੀ ਟੈਂਕੀ ਨੂੰ 5 ਤਰੀਕ ਨੂੰ 2:30-3 ਵਜੇ ਦੇ ਕਰੀਬ ਜਿਹੜਾ ਵਾ ਭਾਰਤੀ ਫੌਜਾਂ ਨੇ ਤੋੜਿਆ ਤੇ ਉਸ ਵੇਲੇ
ਟੈਂਕੀ ਜਿਹੜੀ ਆ ਥਰ ਥਰ ਜਿਹੜੀ ਆ ਹਿੱਲ ਰਹੀ ਸੀ, ਕੰਬ ਰਹੀ ਸੀ ਭਾਰਤੀ ਫੌਜ ਦੇ ਗੋਲਿਆਂ ਦੇ ਨਾਲ, ਤੇ ਅਸੀਂ ਉੱਪਰ ਸੀ, ਸਾਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਅਸੀਂ ਭਾਰਤੀ ਫੌਜ ਦੀ ਗੋਲੀਆਂ ਨਾਲ ਤਾਂ ਨਹੀਂ ਮਰਦੇ, ਲੇਕਿਨ ਅਸੀਂ ਹੁਣ ਇਸ ਪਾਣੀ ਦੀ ਟੈਂਕੀ ਦੇ ਮਲਬੇ ਹੇਠ ਜ਼ਰੂਰ ਮਰਾਂਗੇ ਜਾਂ ਆਪਾਂ ਜਿਹੜਾ ਵਾ ਹੁਣ ਸ਼ਹੀਦ ਹੋ ਜਾਵਾਂਗੇ। ਪਰ ਉਹ ਪਾਣੀ ਵਾਲੀ ਟੈਂਕੀ ਇੰਨੀ ਮਜ਼ਬੂਤ ਰਹੀ ਕਿ ਉਹ ਥੱਲੇ ਨਹੀਂ ਡਿੱਗੀ, ਤੇ ਅਸੀਂ ਇੱਕ ਇੱਕ ਕਰਕੇ ਸਿੰਘ ਉਸ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਦੀਆਂ ਪੌੜੀਆਂ ਚੜ੍ਹਦੀਆਂ ਸੀ, ਉਤਰਦੀਆਂ ਸੀ, ਤੇ ਅਸੀਂ ਉਸ ਪੌੜੀ ਮੋਰਚਾ, ਸਾਨੂੰ ਪਤਾ ਲੱਗ ਗਿਆ ਹੁਣ ਮੋਰਚਾ ਸਾਡਾ ਟੁੱਟ ਗਿਆ ਵਾ, ਤੇ ਅਸੀਂ ਉਹ ਮੋਰਚਾ ਜਿਹੜਾ ਵਾ ਛੱਡ ਕੇ ਅਗਲੀ ਤਿਆਰੀ ਲਈ ਜਿਹੜਾ ਵਾ ਥੱਲੇ ਅਸੀਂ ਸਾਰੇ ਸਿੰਘ ਜਿਹੜੇ ਆ ਗਏ ਹਾਂ, ਤੇ ਥੱਲੇ ਅਸੀਂ ਜਿਹੜਾ ਵਾ ਗੁਰੂ ਰਾਮਦਾਸ ਸਰਾਂ ਦੇ ਵਿੱਚ, ਸਰਾਂ ਦੇ ਪਿਛਲੇ ਵਾਲਾ, ਸਰਾਂ ਦੇ ਪਿਛਲੇ ਪਾਸੇ ਵਾਲਾ ਗੇਟ, ਪਾਣੀ ਦੇ ਥੱਲੇ, ਪਾਣੀ ਦੀ ਟੈਂਕੀ ਦੇ ਥੱਲੇ ਜਿਹੜਾ ਇੱਕ ਗੁਰੂ ਰਾਮਦਾਸ ਸਰਾਂ ਦੇ ਵਿੱਚ ਹਾਲ ਸੀ, ਉੱਥੇ ਅਸੀਂ ਮੋਰਚੇ ਸੰਭਾਲ ਲਏ ਆ, ਤੇ ਫੌਜ ਦੇ ਨਾਲ ਜਿਹੜੀ ਆ ਬਰਾਬਰ ਜਿਹੜੀ ਆ ਜੰਗ ਜਿਹੜੀ ਆ ਸਾਡੀ ਜਿਹੜੀ ਆ ਚੱਲਦੀ ਰਹੀ ਆ। ਇਸੇ ਤਰ੍ਹਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ ਉਧਰਲੇ ਪਾਸੇ ਭਾਰੀ ਵੱਡੀ ਜੰਗ ਆਪਣੇ ਸਾਥੀਆਂ ਦੇ ਨਾਲ ਜਿਹੜੀ ਆ ਕਰ ਰਹੇ ਆ। ਆਪਣਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਲਾ ਜਿਹੜੀ ਡਿਉੜੀ ਆ, ਇੱਥੇ ਆਲ ਇੰਡੀਆ ਸਿੱਖ ਸਟੂਡੈਂਟ ਦੇ ਸ਼ਹਿਰੀ ਯੂਨਿਟ ਦੇ ਪ੍ਰਧਾਨ ਭਾਈ ਸਤਿੰਦਰਪਾਲ ਸਿੰਘ ਪੀਟੀ, ਉਸ ਨਾਲ ਫੌਜ ਦੇ ਨਾਲ ਵੱਡਾ ਮੁਕਾਬਲਾ ਜਿਹੜਾ ਵਾ ਉੱਥੇ ਆਪਣੇ ਸਾਥੀਆਂ ਨਾਲ ਕਰ ਰਹੇ ਆ। ਗੁਰੂ ਰਾਮਦਾਸ ਲੰਗਰ ਹਾਲ ਦੇ ਉੱਪਰ ਦਮਦਮੀ ਟਕਸਾਲ ਦੇ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘ ਤੇ ਸ੍ਰੀ ਹਜ਼ੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਆਏ ਹੋਏ ਸਿੰਘ, ਭਾਰਤੀ ਫੌਜ ਦਾ ਜਿਹੜਾ ਵਾ ਫੌਜੀ ਮੋਰਚਿਆਂ ਤੇ ਜਿਹੜਾ ਵਾ ਡਟ ਕੇ ਮੁਕਾਬਲਾ ਕਰ ਰਹੇ ਆ। ਇਹਨਾਂ ਦੇ ਵਿੱਚ ਭਾਈ ਸਵਰਨ ਸਿੰਘ ਜੀ ਰੋਡੇ, ਭਾਈ ਦਲਵੀਰ ਸਿੰਘ ਜੀ ਅਭਿਆਸੀ, ਭਾਈ ਹਰਚਰਨ ਸਿੰਘ, ਭਾਈ ਹਰਚਰਨ ਸਿੰਘ ਮੁਕਤਾ, ਬਾਬਾ ਥਾਰਾ ਸਿੰਘ ਜੀ ਤੇ ਕਾਰ ਸੇਵਾ ਵਾਲੇ ਸਿੰਘ, ਇੱਥੋਂ ਉਹਨਾਂ ਨੇ ਭਾਰਤੀ ਫੌਜ ਦਾ ਮੂੰਹ ਤੋੜਵਾਂ ਜਵਾਬ ਜਿਹੜਾ ਵਾ ਲਗਾਤਾਰ ਜਿਹੜਾ ਵਾ ਉਹਨਾਂ ਨੇ ਆਪਣੀਆਂ ਗੰਨਾਂ ਨਾਲ, ਬੰਦੂਕਾਂ ਨਾਲ, ਜਿਹੜਾ ਵਾ ਮਸ਼ੀਨ ਗੰਨਾਂ ਨਾਲ ਜਿਹੜਾ ਵਾ ਲਗਾਤਾਰ ਜਿਹੜਾ ਵਾ ਜਾਰੀ ਰੱਖਿਆ। ਹੁਣ ਸ਼ਾਮ ਦੇ ਕਰੀਬ 5 ਵੱਜ ਚੁੱਕੇ ਆ ਜੀ, 5 ਵੱਜ ਚੁੱਕੇ ਆ 5 ਤਰੀਕ ਨੂੰ, ਤੇ ਸਰਾਂ ਵਾਲੇ ਪਾਸਿਓਂ ਭਾਰਤੀ ਫੌਜ ਨੇ ਸਪੀਕਰਾਂ ਤੇ ਇੱਕ ਅਨਾਊਂਸਮੈਂਟ ਕੀਤੀ ਆ ਕਿ ਜਿਹੜੇ ਵੀ ਸਿੰਘ ਜਾਂ ਯਾਤਰੂ ਅੱਧੇ ਘੰਟੇ ਲਈ ਕਰਫਿਊ ਵਿੱਚ ਛੋੜ ਦਿੱਤੀ ਜਾਂਦੀ ਆ, ਜੋ ਸਿੰਘ ਤੇ ਯਾਤਰੂ ਬਾਹਰ ਆਉਣਾ ਚਾਹੁੰਦਾ ਵਾ ਉਹ ਹੱਥ ਖੜੇ ਕਰਕੇ ਤੇ ਜਿਹੜਾ ਵਾ ਬਾਹਰ ਆ ਜਾਵੇ। ਉਸ ਸਮੇਂ 250-250 ਦੇ ਕਰੀਬ ਜਿਹੜੇ ਆ ਯਾਤਰੂ ਜੋ ਉਸ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਧੰਨ ਧੰਨ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਵੇਖਣ ਲਈ ਆਏ ਸੀ, ਸ੍ਰੀ ਦਰਬਾਰ ਸਾਹਿਬ ਲਈ ਨਤਮਸਤਕ ਹੋਣ ਲਈ ਆਏ ਸੀ, ਆਪਣੀ ਸ਼ਰਧਾ ਅਰਪਣ ਕਰਨ ਲਈ ਆਏ ਸੀ, ਤਾਂ 250-250 ਦੇ ਕਰੀਬ ਸਿੰਘ ਜਿਹੜੇ ਉਸ ਵੇਲੇ ਜਿਹੜੇ ਆ ਜ਼ਰੂਰ ਜਿਹੜੇ ਆ ਉਹ ਬਾਹਰ ਨਿਕਲੇ ਆ, ਜਿਹੜੇ ਬਿਲਕੁਲ ਇਨੋਸੈਂਟ ਸੀ, ਨਿਰਦੋਸ਼ ਸੀ, ਯਾਤਰੂ ਸਨ। ਤਾਂ 5:30 ਵਜੇ ਫਿਰ ਲਗਾਤਾਰ ਭਾਰਤੀ ਫੌਜ ਨਾਲ ਫਿਰ ਜੰਗ ਜਿਹੜੀ ਆ ਸਿੰਘਾਂ ਦੀ ਜਿਹੜੀ ਆ ਸ਼ੁਰੂ ਹੋ ਗਈ ਆ। ਉਹ ਜੰਗ ਸਿੰਘਾਂ ਨੇ ਨਹੀਂ ਸ਼ੁਰੂ ਕੀਤੀ ਦੁਬਾਰਾ, ਉਹ ਫਿਰ ਭਾਰਤੀ ਫੌਜ ਨੇ ਜਿਹੜੀ ਆ ਜੰਗ ਜਿਹੜੀ ਆ 5:30 ਵਜੇ ਫਿਰ ਦੁਬਾਰਾ ਜਿਹੜੀ ਆ ਸ਼ੁਰੂ ਕਰ ਦਿੱਤੀ ਆ। ਹੁਣ ਘਮਾਸਾਨ ਦੀ ਜੰਗ ਹੋ ਰਹੀ, ਦੋਨੇ ਪਾਸਿਓਂ ਗਹਿ ਗੱਚ ਮੁਕਾਬਲਾ ਹੋ ਰਿਹਾ ਜੀ। ਤੁਹਾਨੂੰ
ਮੀਂਹ ਇਹ ਜਾਣਕਾਰੀ ਆ ਕਿ ਜੂਨ ਦਾ ਮਹੀਨਾ ਹੋਵੇ ਤੇ ਅੱਤ ਦੀ ਗਰਮੀ ਹੁੰਦੀ ਆ, ਉਧਰਲੇ ਪਾਸੇ ਤੋਪਾਂ ਦੇ ਮਸ਼ੀਨ ਗੰਨਾਂ ਦੀਆਂ ਗੜਗਹਾਟ ਮਸ਼ੀਨ ਗੰਨਾਂ ਅੱਗ ਵਰਾ ਰਹੀਆਂ ਸਨ ਦੋਨਾਂ ਪਾਸਿਆਂ ਤੋਂ, ਤਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਤੇ ਦਰਬਾਰ ਸਾਹਿਬ ਦੇ ਉੱਪਰ ਅੱਗ ਦੀਆਂ ਲਾਟਾਂ ਧੂੰਆਂ ਤੇ ਮਿੱਟੀ ਘੱਟਾ ਹੀ ਜਿਹੜਾ ਵਾ ਲਗਾਤਾਰ ਜਿਹੜਾ ਵਾ ਦਿਖਾਈ ਦੇ ਰਿਹਾ ਸੀ ਹਰ ਪਾਸੇ। ਪਰ ਸਿੰਘ ਅੰਦਰ ਲਗਾਤਾਰ ਹੀ ਚੜ੍ਹਦੀ ਕਲਾ ਵਿੱਚ ਸਨ ਤੇ ਸਿੰਘਾਂ ਦੇ ਹਰ ਮੋਰਚੇ ਚੋਂ ਬੋਲੇ ਸੋਹਣੇ ਹਾਲ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਉਹ ਡਟ ਕੇ ਭਾਰਤੀ ਫੌਜ ਦਾ ਜਿਹੜਾ ਵਾ ਹਰ ਮੋਰਚੇ ਤੋਂ ਫੌਜੀ ਮੋਰਚਿਆਂ ਦਾ ਜਿਹੜਾ ਵਾ ਮੁਕਾਬਲਾ ਜਿਹੜਾ ਵਾ ਕਰ ਰਹੇ ਸਨ। ਹੁਣ ਜਦੋਂ ਸ਼ਾਮ ਪੈ ਚੁੱਕੀ ਆ 5 ਤਰੀਕ ਨੂੰ, ਹਾਂਜੀ, ਤਾਂ ਭਾਰਤੀ ਜਰਨੈਲਾਂ ਦੇ ਉੱਤੇ ਦਿੱਲੀ ਵੱਲੋਂ ਵੀ ਜਿਹੜਾ ਵਾ ਦਬਾਅ ਵਧਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇੰਦਰਾ ਗਾਂਧੀ ਰਾਜੀਵ ਗਾਂਧੀ ਨੇ ਉਸਦੇ ਸਲਾਹਕਾਰਾਂ ਨੇ ਭਾਰਤੀ ਫੌਜ ਦੇ ਜਰਨੈਲਾਂ ਨੂੰ ਫਟਕਾਰਾਂ ਪਾਉਣੀਆਂ ਸ਼ੁਰੂ ਕੀਤੀਆਂ ਕਿ ਤੁਸੀਂ ਕਹਿੰਦੇ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ 2-2.5 ਘੰਟੇ ਦੇ ਵਿੱਚ ਵਿੱਚ ਤੁਹਾਡੇ ਸਾਹਮਣੇ ਜਿੰਦਾ ਜਾਂ ਮੁਰਦਾ ਪੇਸ਼ ਕਰ ਦਿਆਂਗੇ, ਪਰ ਇਹ ਜੰਗ ਬਹੁਤ ਲੰਮੀ ਹੋ ਗਈ ਆ, ਕੀ ਕਹਾਣੀ ਆ। ਤਾਂ ਉਸ ਵੇਲੇ ਇਹਨਾਂ ਜਰਨਲਾਂ ਨੇ ਇੰਦਰਾ ਗਾਂਧੀ ਕੋਲੋਂ, ਰਾਜੀਵ ਗਾਂਧੀ ਦੇ ਕੋਲੋਂ ਕਿਹਾ ਕਿ ਜੇਕਰ ਅਸੀਂ ਤੋਪਾਂ ਤੇ ਟੈਂਕ ਬਖਤਰ ਗੰਦ ਗੱਡੀਆਂ ਸ੍ਰੀ ਦਰਬਾਰ ਸਾਹਿਬ ਤੇ ਅੰਦਰ ਭੇਜ ਕੇ ਹਮਲਾ ਨਹੀਂ ਕਰ ਸਕਦੇ ਤਾਂ ਭਾਰਤੀ ਫੌਜ ਕਦੇ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਉਹਨਾਂ ਦੀ ਫੌਜ ਤੇ ਉਹਨਾਂ ਦੇ ਸਿੰਘਾਂ ਤੇ ਜਿੱਤ ਨਹੀਂ ਪਾ ਸਕਦੀ। ਇਹ ਭਾਵੇਂ ਆਪਾਂ ਜਿਹੜੀ ਆ ਜੰਗ ਲਗਾਤਾਰ ਜਿਹੜੀ ਆ 6 ਮਹੀਨੇ ਲੜਦੇ ਰਹੀਏ, 3 ਮਹੀਨੇ ਲੜਦੇ ਰਹੀਏ, ਆਪਾਂ ਸਿੰਘਾਂ ਤੇ ਫਤਿਹ ਨਹੀਂ ਆ, ਪੈਦਲ ਫੌਜ ਕਮਾਂਡੋ ਫੋਰਸ ਆਪਾਂ ਇਹ ਸਿੰਘਾਂ ਤੇ ਫਤਿਹ ਨਹੀਂ ਆ ਪਾ ਸਕਦੇ। ਤਾਂ ਉਹਨਾਂ ਨੇ ਦਿੱਲੀ ਤੋਂ ਤੋਪਾਂ ਟੈਂਕਾਂ ਦੀ ਬਖਤਰਬੰਦ ਗੱਡੀਆਂ ਦੀ ਅੰਦਰ ਭੇਜਣ ਦੀ ਇਜਾਜ਼ਤ ਜਿਹੜਾ ਵਾ ਲੈ ਕੇ ਨਵੇਂ ਪੈਂਤੜੇ ਵਜੋਂ, ਨਵੀਂ ਰਣਨੀਤੀ ਵਜੋਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਵਜੇਤਾ ਟੈਂਕ ਜਿਹੜੇ ਆ ਉਹਨਾਂ ਨੇ ਜਿਹੜੇ ਆ ਖੜੇ ਕਰ ਦਿੱਤੇ ਆ। ਵਜੇਤਾ ਟੈਂਕ ਸ਼ਾਮੀ ਇਹਨਾਂ ਨੇ, ਇਸ ਤੋਂ ਪਹਿਲਾਂ ਭਾਈ ਸਾਹਿਬ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੈਂ ਜਾਣਕਾਰੀ ਦੇਣੀ ਚਾਹੁੰਦਾ ਵਾਂ ਕਿ ਸ਼ਾਮ ਨੂੰ 5 ਤਰੀਕ ਦੀ ਸ਼ਾਮ ਨੂੰ, ਪਹਿਲਾਂ 4 ਤਰੀਕ ਤੇ 5 ਤਰੀਕ ਦੀ ਦਰਮਿਆਨੀ ਰਾਤ ਨੂੰ ਵੀ ਭਾਰਤੀ ਫੌਜ ਜ਼ਿਲ੍ਹਿਆਂ ਵਾਲੇ ਬਾਗ ਦੇ ਸਾਹਮਣੋਂ ਆਟਾ ਮੰਡੀ ਵਾਲੇ ਗੇਟ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਬੈਕ ਸਾਈਡ ਤੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਆਪਣੇ ਕਮਾਂਡੋਆਂ ਰਾਹੀਂ, ਪਰ ਸਿੰਘਾਂ ਨੇ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਵਾ ਤੇ ਇਹ ਕਮਾਂਡੋ ਤੇ ਭਾਰਤੀ ਫੌਜ ਅੰਦਰ ਵੜ ਨਹੀਂ ਸਕੀ। ਹੁਣ ਭਾਰਤੀ ਫੌਜ ਨਵੇਂ ਪੈਂਤੜੇ ਬਾਜੀ ਵਜੋਂ ਭਾਰਤੀ ਫੌਜ ਦੇ ਜਵਾਨਾਂ ਨੂੰ ਵੱਡੇ ਵੱਡੇ ਲਾਲਚ ਦੇ ਰਹੀ ਆ ਤੇ ਭਾਰਤੀ ਫੌਜ ਦੇ ਕਮਾਂਡੋ ਜਿਹੜੇ ਆ ਘੰਟਾ ਘਰ ਵਾਲੇ ਪਾਸਿਓਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਜਿਨ੍ਹਾਂ ਨੂੰ 6 ਮਹੀਨੇ ਪਹਿਲਾਂ ਚਕਰਾਤਾ ਵਿਖੇ ਸ੍ਰੀ ਦਰਬਾਰ ਸਾਹਿਬ ਜੀ ਦਾ ਨਕਲੀ ਮਾਡਲ ਬਣਾ ਕੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਸੀ ਹਮਲਾ ਕਰਨ ਦੀ, ਤਾਂ ਇਹ ਕਮਾਂਡੋ ਭਾਈ ਮਨਜੀਤ ਸਿੰਘ ਜੀ ਜਦੋਂ ਬਖਤਰਬੰਦ ਟੈਂਕ ਅੰਦਰ ਆਇਆ, ਸੰਗਤਾਂ ਅੰਦਰ ਸੀਗੀਆਂ ਉਸ ਵੇਲੇ ਦਰਬਾਰ ਸਾਹਿਬ ਦੇ ਸੰਗਤਾਂ ਜਿਹੜੀਆਂ ਸੀ, ਦਰਬਾਰ ਸਾਹਿਬ ਦੇ ਅੰਦਰ ਸੰਗਤਾਂ ਵੀ ਉਸ ਵੇਲੇ ਅੰਦਰ ਹੀ ਸੀ। ਪਹਿਲਾਂ ਗੱਲ ਦੱਸ ਰਿਹਾ ਕਿ ਸਿੰਘਾਂ ਨੇ ਜਦੋਂ ਫੌਜ ਨੇ ਕਮਾਂਡੋ ਘੰਟਾ ਘਰ ਵਾਲੇ ਪਾਸਿਓਂ ਤੇ
ਤਾਰੇ ਆ ਪਰਕਰਮਾ ਚ, ਤੇ ਸਿੰਘਾਂ ਨੇ ਉਹ ਪੂਰੇ ਦੇ ਪੂਰ ਜਿਹੜੇ ਆ ਕਮਾਂਡੋਆਂ ਦੇ ਜਿਹੜੇ ਆ ਮੌਤ ਦੀ ਨੀਂਦ ਜਿਹੜੇ ਆ ਸਵਾ ਦਿੱਤੇ ਆ। ਫਿਰ ਇਹਨਾਂ ਕਮਾਂਡੋਆਂ ਕਮਾਂਡੋ ਭੇਜੇ ਆਟਾ ਵਾਲੀ ਆਟਾ ਮੰਡੀ ਵਾਲੀ ਡਿਉੜੀ ਤੋਂ, ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਲੀ ਡਿਉੜੀ ਵਜੋਂ ਵੀ ਜਾਣੀ ਜਾਂਦੀ ਆ। ਉਹ ਵੀ ਜਿਹੜੇ ਆ ਜਦੋਂ ਪੌੜੀਆਂ ਤੇ ਆ, ਕੁਝ ਪੌੜੀਆਂ ਚ ਮਾਰੇ ਜਾਂਦੇ ਆ, ਕੁਝ ਉਹ ਆਣ ਕੇ ਪਰਕਰਮਾ ਚ ਸਿੰਘ ਜਿਹੜੇ ਆ ਉਹਨਾਂ ਤੇ ਜਿਹੜਾ ਵਾ ਭਾਰੀ ਗੋਲਾਬਾਰੀ ਕਰਕੇ ਤੇ ਉਹਨਾਂ ਦਾ ਉੱਥੇ ਜਿਹੜਾ ਵਾ ਭੋਗ ਪਾ ਦਿੰਦੇ ਆ। ਫਿਰ ਇਹ ਕਮਾਂਡੋ ਸ੍ਰੀ ਅਕਾਲ ਤਖ਼ਤ ਉੱਤੇ ਮਗਰਲੇ ਪਾਸਿਓਂ ਜਿਹੜੀ ਇਹ ਗਲੀ ਆਉਂਦੀ ਆ ਲਾਲ ਡਿਉੜੀ ਦੇ ਵਜੋਂ, ਜਿਹੜੀ ਅਕਾਲ ਤਖ਼ਤ ਸਾਹਿਬ ਦੇ ਸੱਜੇ ਪਾਸੇ ਜਿਹੜੀ ਡਿਉੜੀ ਆ, ਉਸ ਗਲੀ ਲਈ ਉਤਾਰਨ ਦੀ ਕੋਸ਼ਿਸ਼ ਕਰਦੇ ਆ ਤੇ ਸਿੰਘ ਉਸ ਬਿਲਡਿੰਗਾਂ ਦੇ ਉੱਪਰੋਂ ਆਪਣੀਆਂ ਮਸ਼ੀਨ ਗੰਨਾਂ ਨਾਲ, ਬੰਬਾਂ ਨਾਲ ਤੇ ਗੋਲੀਆਂ ਨਾਲ ਉਹ ਸਾਰੀ ਗਲੀ ਦੇ ਵਿੱਚ ਹੀ ਜਿਹੜੇ ਆ ਕਮਾਂਡੋ ਉੱਥੇ ਦੇ ਉੱਥੇ ਜਿਹੜਾ ਸਵਾ ਦਿੱਤੇ ਜਾਂਦੇ। ਕਰੀਬ ਜੋ ਤੁਸੀਂ ਆਪ ਜੀ ਪੁੱਛ ਰਹੇ ਹੋ, ਮੈਂ ਉਧਰਲੇ ਪਾਸੇ ਤੋਪਾਂ ਟੈਂਕਾਂ ਵਾਲੇ ਪਾਸੇ ਆ ਰਿਹਾ ਜੀ। ਹਾਂਜੀ, ਤਾਂ ਭਾਰ 10-11 ਵਜੇ ਦੇ ਕਰੀਬ 5 ਤਰੀਕ ਦੀ ਸ਼ਾਮ ਨੂੰ, ਰਾਤ ਨੂੰ ਸਰਾਂ ਵਾਲਾ ਲੋਹੇ ਦਾ ਗੇਟ ਤੋੜ ਕੇ ਤੇ ਟੈਂਕ ਅੱਗੇ ਲਾ ਕੇ ਵਜੇਤਾ ਤੇ ਭਾਰਤੀ ਫੌਜ ਅੰਦਰ ਜਿਹੜੀ ਆ ਦਾਖਲ ਜਿਹੜੀ ਆ ਹੁੰਦੀ ਆ ਸਰਾਂ ਵਾਲੇ ਗੇਟ ਦੇ ਅੰਦਰੋਂ ਪਾਸੇ, ਤਾਂ ਉਸ ਵੇਲੇ ਵਜੇਤਾ ਟੈਂਕ ਬਖਤਰਬੰਦ ਗੱਡੀਆਂ ਜਿਹੜੇ ਆ ਲਗਾਤਾਰ ਜਿਹੜੇ ਆ ਬਾਬਾ ਅਟਲ ਰਾਏ ਦੀ ਗੁਰਦੁਆਰਾ ਸਾਹਿਬ ਤੱਕ ਜਿਹੜੇ ਆ ਇਹ ਫੈਲ ਜਾਂਦੇ ਆ ਉਸ ਸੜਕ ਦੇ ਉੱਪਰ ਸਾਰੇ। ਹੁਣ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗੱਡੀਆਂ ਖਿਲਾਰ ਕੇ ਵਿਚਕਾਰ ਲਈ ਸੜਕ ਦੇ ਉੱਤੇ। ਹੁਣ ਹੋਇਆ ਕਿ ਗੁਰੂ ਰਾਮਦਾਸ ਸਰਾਂ ਦੇ ਵਿੱਚ ਜਿੱਥੇ ਯਾਤਰੂ ਵੱਡੀ ਗਿਣਤੀ ਦੇ ਵਿੱਚ ਠਹਿਰੇ ਹੋਏ ਸਨ, ਭਾਰਤੀ ਫੌਜ ਨੇ 10-11 ਵਜੇ ਦੇ ਕਰੀਬ ਰਾਤ ਨੂੰ ਅੰਨਾ ਧੁੰਦ ਫਾਇਰਿੰਗ ਕਰਕੇ ਜਿਹੜਾ ਵਾ ਉਹਨਾਂ ਯਾਤਰੂਆਂ ਤੇ ਸਭ ਤੋਂ ਪਹਿਲਾਂ ਗੁੱਸਾ ਆਪਣਾ ਜਿਹੜਾ ਵਾ ਇਹ ਕੱਢਿਆ। ਉਹ ਫੌਜੀ ਇਹ ਬੋਲ ਰਹੇ ਸਨ ਕਿ ਸਭੀ ਬਿੰਡਰੀ ਵਾਲੇ ਕੇ ਆਦਮੀ ਹੈ, ਇਨਕੋ ਮਾਰ ਦੋ, ਇਸਨੇ ਹਮਾਰੇ ਬਾਈ ਮਾਰ ਦੀਏ, ਹਮਾਰੇ ਸਾਥੀ ਮਾਰ ਦੀਏ। ਜਾਣੀ ਕਿ ਉਹਨਾਂ ਆਪਣਾ ਪਹਿਲਾ ਜਿਹੜਾ ਵਾ ਗੁੱਸਾ, ਪਹਿਲਾ ਬਦਲਾ ਜਿਹੜਾ ਵਾ ਗੁਰੂ ਰਾਮਦਾਸ ਸਰਾਂ ਤੇ ਨਿਰਦੋਸ਼ ਯਾਤਰੂਆਂ ਤੇ ਗੋਲੀਆਂ ਚਲਾ ਕੇ, ਬੰਬ ਚਲਾ ਕੇ ਉਹਨਾਂ ਨੇ ਜਿਹੜਾ ਵਾ ਭਾਰੀ ਗੁੱਸਾ ਆਪਣਾ ਜਿਹੜਾ ਵਾ ਉੱਥੇ ਕੱਢਿਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਵਾ ਯਾਤਰੂਆਂ ਨੂੰ, ਸਿੰਘਾਂ ਨੂੰ, ਸਿੰਘਣੀਆਂ ਨੂੰ, ਬੱਚਿਆਂ ਨੂੰ, ਭਚੰਗੀਆਂ ਨੂੰ ਸਦਾ ਦੀ ਜਿਹੜਾ ਵਾ ਨੀਂਦ ਉੱਥੇ ਸਮਾਨਤਾ ਸ਼ਹੀਦ ਕੀਤਾ। ਤੇ ਇਸ ਤੋਂ ਬਾਅਦ ਕੀ ਹੋਇਆ ਕਿ ਫੌਜ ਨੇ ਸਰਾਂ ਦੇ ਜਿਹੜੇ ਕਮਰੇ ਸੀ ਉਹਨਾਂ ਦੇ ਜਿਹੜੇ ਆ ਅਰਲ ਦਰਵਾਜ਼ਿਆਂ ਦੇ ਉਹ ਬੰਦ ਕਰ ਦਿੱਤੇ। ਉਸ ਤੋਂ ਬਾਅਦ ਜਿਹੜੇ ਸਿੰਘ ਕਮਰਿਆਂ ਦੇ ਅੰਦਰ ਸੀ ਉਹ ਭਾਰਤੀ ਫੌਜ ਨੇ ਉਹਨਾਂ ਦੇ ਅੰਦਰ ਉੱਪਰ ਸ਼ੀਸ਼ਿਆਂ ਦੇ ਰੋਸ਼ਨਦਾਨ ਸਨ, ਉਹਨਾਂ ਉਹ ਰੋਸ਼ਨਦਾਨ ਤੋੜ ਕੇ ਤੇ ਉਹਨਾਂ ਰਾਹੀਂ ਗਰਨੇਡ ਸੁੱਟ ਕੇ ਜਿਹੜਾ ਵਾ ਕਮਰਿਆਂ ਦੇ ਵਿੱਚ ਸਿੰਘਾਂ ਨੂੰ ਤੁੰਬਾ ਤੁੰਬਾ ਕਰਕੇ ਜਿਹੜਾ ਵਾ ਅੜਾਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਫਿਰ ਭਾਰਤੀ ਫੌਜ ਨੇ ਜਿਹੜਾ ਵਾ ਸ੍ਰੀ ਗੁਰੂ ਰਾਮਦਾਸ ਲੰਗਰ ਵਾਲੇ ਪਾਸੇ ਤੋਪਾਂ ਟੈਂਕਾਂ ਨੇ ਰਾਤ ਦੇ 12-1 ਵਜੇ ਦੇ ਕਰੀਬ ਜਿਹੜਾ ਵਾ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਜਿਹੜਾ ਵਾ ਵਧਣਾ ਜਿਹੜਾ ਵਾ ਸ਼ੁਰੂ ਕੀਤਾ। 12-1 ਵਜੇ ਦੇ ਕਰੀਬ ਇਹ ਵਜੇਤਾ ਟੈਂਕ ਬਖਤਰਬੰਦ ਗੱਡੀਆਂ ਗੁਰੂ ਰਾਮਦਾਸ ਲੰਗਰ ਹਾਲ ਦੇ ਸਾਹਮਣੇ ਵਾਲੀ ਜਿਹੜੀ ਡਿਉੜੀ ਆ
ਉਥੋਂ ਇਹਨਾਂ ਨੇ ਸਰਾਂ ਦੇ ਵਿੱਚ ਜਿਹੜੇ ਆ ਤਾਰਨੇ ਜਿਹੜੇ ਆ ਸ਼ੁਰੂ ਕੀਤੇ ਆ। ਇਹ ਤਿੰਨ ਚਾਰ ਟੈਂਕ ਤੇ ਤਿੰਨ ਚਾਰ ਬਖਤਰਬੰਦ ਗੱਡੀਆਂ ਜਦੋਂ ਪਰਕਰਮਾ ਦੇ ਵਿੱਚ ਥੱਲੇ ਉਤਰੀਆਂ ਨੇ ਤੇ ਜਦੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਗੁਰਦੁਆਰਾ ਸਾਹਿਬ ਲਾਗੇ ਗਈਆਂ ਨੇ ਟੈਂਕ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਨਰਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਤੇ ਸਿੱਖਾਂ ਦੀ ਰੂਹੇ ਰਵਾਂ, ਸਿੱਖਾਂ ਦੀ ਆਜ਼ਾਦੀ ਦਾ ਪ੍ਰਤੀਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਟੈਂਕ ਤੋੜੂ ਗੋਲਿਆਂ ਦੇ ਨਾਲ ਜਿਹੜਾ ਵਾ ਇਹਨਾਂ ਬਖਤਰਬੰਦ ਗੱਡੀਆਂ ਨੂੰ ਤੇ ਟੈਂਕਾਂ ਨੂੰ ਜਿਹੜਾ ਵਾ ਤੋੜਿਆ ਵਾ। ਇਹ ਬਖਤਰਬੰਦ ਗੱਡੀਆਂ ਤੇ ਟੈਂਕ ਜਿਹੜੇ ਆ ਬਾਬਾ ਦੀਪ ਸਿੰਘ ਦੀ ਡਿਓੜੀ ਦੇ ਕੋਲ ਤੇ ਬਾਬਾ ਦੀਪ ਸਿੰਘ ਜੀ ਦੀ ਗੁਰਦੁਆਰੇ ਦੇ ਕੋਲ ਜਿਹੜੇ ਆ ਇਹ ਸਿੰਘਾਂ ਨੇ ਉੱਥੇ ਜਿਹੜਾ ਵਾ ਤੋੜਤੇ ਆ। ਇੱਕ ਬਖਤਰਬੰਦ ਗੱਡੀ ਜਿਹੜੀ ਆ ਅੱਗੇ ਵੱਧਦੀ ਆ ਛਬੀਲ ਤੱਕ, ਜੋ ਜਿੱਥੇ ਪ੍ਰਸ਼ਾਦ ਦੀਆਂ ਪਰਚੀਆਂ ਕੱਟਦੇ ਨੇ ਸਿੰਘ, ਉੱਥੋਂ ਤੱਕ ਉਹ ਬਖਤਰਬੰਦ ਗੱਡੀ ਵੀ ਪਹੁੰਚਦੀ ਆ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੋਲਾਬਾਰੀ ਜਿਹੜੀ ਆ ਉਹ ਕਰਦੀ ਆ। ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਫੌਜ ਦੇ ਕਮਾਂਡੋ ਮਾਰੇ ਜਾ ਚੁੱਕੇ ਆ। ਟੈਂਕ ਤੇ ਬਖਤਰਬੰਦ ਗੱਡੀਆਂ ਸਿੰਘਾਂ ਨੇ ਨਕਾਰਾ ਕਰ ਦਿੱਤੀਆਂ ਨੇ, ਤੋੜ ਦਿੱਤੀਆਂ ਨੇ। ਤਾਂ ਭਾਰਤੀ ਫੌਜ ਨੇ ਕਿਹਾ ਵੀ ਜੇ ਇਹ ਹੁਣ ਲੜਾਈ ਲੰਮੀ ਹੋ ਗਈ ਜਾਂ ਸਵੇਰ ਚੜ੍ਹ ਗਿਆ ਤੇ ਇਹ ਲੜਾਈ ਜਿਹੜੀ ਆ ਹੋਰ ਲੰਮੀ ਹੋ ਸਕਦੀ ਆ। ਤਾਂ ਉਹਨਾਂ ਨੇ ਇਹਨਾਂ ਜਰਨੈਲਾਂ ਨੇ ਇੰਦਰਾ ਗਾਂਧੀ ਤੋਂ, ਰਾਜੀਵ ਗਾਂਧੀ ਤੋਂ ਕੰਟਰੋਲ ਰੂਮ ਰਾਹੀਂ ਆਗਿਆ ਮੰਗੀ ਕਿ ਜਿੰਨੀ ਦੇਰ ਅਸੀਂ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਸਿੱਧਾ ਹਮਲਾ ਨਹੀਂ ਕਰਦੇ ਉਨੀ ਦੇਰ ਜਿਹੜਾ ਵਾ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਵਾ ਜਿੱਤ ਨਹੀਂ ਸਕਦੇ। ਤਾਂ ਇੰਦਰਾ ਗਾਂਧੀ, ਰਾਜੀਵ ਗਾਂਧੀ ਨੇ ਇਹ ਆਗਿਆ ਦੇ ਦਿੱਤੀ ਕਿ ਜੋ ਵੀ ਧਾਥੋਂ ਢਹਿੰਦਾ ਵਾ, ਜੋ ਵੀ ਧਾਥੋਂ ਹਮਲਾ ਹੁੰਦਾ ਵਾ, ਹੁਣ ਜ਼ਿਆਦਾ ਦੇਰ ਨਾ ਲਾਓ, ਅਕਾਲ ਤਖ਼ਤ ਸਾਹਿਬ ਉੱਡਦਾ ਵਾ ਢਹਿੰਦਾ ਵਾ, ਇਹਨੂੰ ਢਾ ਦਿਓ ਉਡਾ ਦਿਓ, ਜਿਸ ਤਰ੍ਹਾਂ ਮਰਜ਼ੀ ਗੋਲਾਬਾਰੀ ਕਰੋ, ਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਇੱਥੋਂ ਬਚ ਕੇ ਹੁਣ ਜਿਹੜਾ ਵਾ ਬਾਹਰ ਨਹੀਂ ਨਿਕਲਣਾ ਚਾਹੀਦਾ। ਇਹ ਜੰਗ ਜਿਹੜਾ ਵਾ ਜਲਦੀ ਤੋਂ ਜਲਦੀ ਜਿਹੜੀ ਆ ਖਤਮ ਹੋਣੀ ਚਾਹੀਦੀ ਆ। ਦੇਸ਼ ਵਿਦੇਸ਼ਾਂ ਵਿੱਚ ਸਾਡੀ ਜਿਹੜੀ ਆ ਭਾਰੀ ਜਿਹੜੀ ਆ ਬੇਇੱਜ਼ਤੀ ਹੋ ਰਹੀ ਆ, ਸਾਡੀ ਇਨਸਲਟ ਹੋ ਰਹੀ ਆ ਤੇ ਸਾਡੀ ਹਰ ਪਾਸੇ ਜਿਹੜੀ ਆ ਕਿਰਕਰੀ ਹੋ ਰਹੀ ਆ ਕਿ ਤੁਸੀਂ ਚੰਦ ਸਿੰਘ ਨੇ ਜਿਹੜੀ ਆ ਦਰਬਾਰ ਸਾਹਿਬ ਦੇ ਅੰਦਰ ਤੇ ਏਡੀ ਵੱਡੀ ਭਾਰਤੀ ਫੌਜ ਫੌਜ ਦਾ ਜਿਹੜਾ ਵਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਘੇਰਾ ਵਾ ਤੇ ਤੁਹਾਨੂੰ ਸਿੰਘਾਂ ਨੇ ਹੀ ਇੰਨੀ ਜਿਹੜੀ ਆ ਵੱਡੀ ਜਿਹੜੀ ਆ ਲੜਾਈ ਦਿੱਤੀ ਆ ਤੇ ਤੁਸੀਂ ਬਾਹਰ ਦੇ ਦੇਸ਼ਾਂ ਨਾਲ ਕੀ ਲੜਾਈ ਜਿਹੜਾ ਵਾ ਲੜ ਸਕਦੇ ਹੋ। ਸੋ ਭਾਰਤੀ ਫੌਜ ਦੇ ਟੈਂਕਾਂ ਨੇ ਹੁਣ ਆਪਣੇ ਗੋਲਿਆਂ ਦਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਵਾ ਅੰਨੇ ਵਾਹ ਬਣਾਉਣਾ ਸ਼ੁਰੂ ਕੀਤਾ ਵਾ ਤੇ ਅਕਾਲ ਤਖ਼ਤ ਸਾਹਿਬ ਦੇ ਉੱਪਰਲੇ ਗੁੰਬਦ ਉੱਪਰਲੀਆਂ ਭਾਈ ਸਾਹਿਬ ਉਹਦਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਦਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜਨਰਲ ਸੁਬੇਗ ਸਿੰਘ ਕਿੱਥੇ ਸੀ? ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਨ ਜੀ ਉਸ ਸਮੇਂ। ਭਾਈ ਜਿਹੜੇ ਸੁਬੇਗ ਸਿੰਘ ਜੀ 5 ਤਰੀਕ ਨੂੰ ਕਰੀਬ 5:30 ਵਜੇ ਭਾਰਤੀ ਫੌਜ ਨਾਲ ਮੀਰੀ ਪੀਰੀ ਦੇ ਜਿਹੜੇ ਦੋ ਸਾਡੇ ਨਿਸ਼ਾਨ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ, ਉੱਥੇ ਜਨਰਲ ਸਿੰਘ ਜੀ ਨੂੰ ਗੋਲੀ ਲੱਗਦੀ ਆ ਤੇ ਜਨਰਲ ਸੁਬੇਗ ਸਿੰਘ ਜੀ ਨੇ ਸਿੰਘਾਂ ਨੂੰ ਉੱਥੇ ਕਿਹਾ, ਭਾਈ ਦਵਿੰਦਰ ਸਿੰਘ ਫੌਜੀ ਤੇ ਭਾਈ ਬਖਸੀਸ ਸਿੰਘ ਮਾਲੂਵਾਲ ਜੋ
ਅਕਾਲ ਤਖ਼ਤ ਸਾਹਿਬ ਤੇ ਥੱਲਿਓਂ ਥੱਲੇ ਲੜਾਈ ਲੜ ਰਹੇ ਸਨ, ਉਹਨਾਂ ਨੂੰ ਆਵਾਜ਼ ਮਾਰ ਕੇ ਕਿਹਾ ਵੀ ਭਾਈ ਸਿੰਘੋ ਮੇਰੇ ਗੋਲੀ ਲੱਗ ਰਹੀ ਆ ਤੇ ਮੈਨੂੰ ਤੁਸੀਂ ਸੰਤਾਂ ਦੇ ਕੋਲ ਜਿਹੜਾ ਵਾ ਲੈ ਚੱਲੋ। ਉਹਨਾਂ ਦੋਵਾਂ ਸਿੰਘਾਂ ਨੇ ਸੁਬੇਗ ਸਿੰਘ ਜੀ ਨੂੰ ਮੋਢਾ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਲੈ ਜਾਂਦੇ ਨੇ ਤੇ ਸੰਤ ਉਹਨਾਂ ਨੂੰ ਆਪਣੇ ਜਿਹੜਾ ਵਾ ਗੋਦੀ ਦੇ ਵਿੱਚ ਸਿਰ ਉਹਨਾਂ ਦਾ ਰੱਖ ਕੇ ਲਟਾ ਕੇ ਸੰਤਾਂ ਦੀ ਗੋਦੀ ਚ ਉਹਨਾਂ ਦਾ ਸਿਰ ਹੁੰਦਾ ਤੇ ਗੋਦੀ ਚ ਜਰਨਲ ਸਾਹਿਬ ਜਿਹੜੇ ਆ ਸੰਤਾਂ ਦੇ ਲੇਟ ਜਾਂਦੇ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਜਰਨਲ ਸੁਬੇਗ ਸਿੰਘ ਜੀ ਨੂੰ ਪੁੱਛਦੇ ਨੇ ਜਰਨਲ ਸਾਹਿਬ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਤਾਂ ਜਰਨਲ ਸੁਬੇਗ ਸਿੰਘ ਜੀ ਨੇ ਅੱਗੋਂ ਕਿਹਾ ਕਿ ਮਹਾਂਪੁਰਖੋ ਸ੍ਰੀ ਗੁਰੂ ਰਾਮਦਾਸ ਜੀ ਦਾ ਘਰ ਹੋਵੇ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਤਖ਼ਤ ਹੋਵੇ ਤੇ ਸੰਤ ਮਹਾਂਪੁਰਖੋ ਤੁਹਾਡੀ ਗੋਦੀ ਦੇ ਵਿੱਚ ਮੈਂ ਪਿਆ ਹੋਵਾਂ ਤੇ ਇਸ ਤੋਂ ਵਧੀਆ ਹੋਰ ਮੈਂ ਕੀ ਮਹਿਸੂਸ ਕਰ ਸਕਦਾ ਕਿ ਤੁਹਾਡੀ ਗੋਦੀ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਤਖ਼ਤ ਦੇ ਮੈਂ ਜਿਹੜਾ ਵਾ ਆਖਰੀ ਸਵਾਸ ਜਿਹੜਾ ਵਾ ਲੈ ਰਿਹਾ, ਮੈਂ ਸ਼ਹੀਦ ਹੋ ਰਿਹਾ। ਇਸ ਤੋਂ ਵੱਡੀ ਖੁਸ਼ੀ ਦੀ ਗੱਲ ਜਿਹੜੀ ਆ ਮੇਰੇ ਲਈ ਜਿਹੜੀ ਆ ਕੋਈ ਹੁਣ ਹੋਰ ਨਹੀਂ ਹੋ ਸਕਦੀ। ਤਾਂ ਸੰਤਾਂ ਨੇ ਜਰਨਲ ਸਾਹਿਬ ਨੂੰ ਕਿਹਾ ਜਰਨਲ ਸਾਹਿਬ ਤੁਸੀਂ ਚੱਲੋ, ਅਸੀਂ ਵੀ ਤੁਹਾਡੇ ਮਗਰ ਆ ਰਹੇ ਹਾਂ। ਤਾਂ ਸੰਤਾਂ ਨੇ ਸਿੰਘਾਂ ਨੂੰ ਕਿਹਾ ਕਿ ਜਰਨਲ ਪਾਸੇ ਲਟਾ ਦਿਓ। ਜਦੋਂ ਪਾਸੇ ਲਟਾਇਆ ਵਾ ਤੇ ਜਰਨਲ ਸਾਹਿਬ ਜਿਹੜਾ ਵਾ ਉਸ ਸਮੇਂ ਉੱਥੇ ਜਿਹੜਾ ਵਾ ਸੰਤਾਂ ਦੀ ਗੋਦੀ ਦੇ ਵਿੱਚ ਹੀ ਜਿਹੜੇ ਆ ਸ਼ਹੀਦ ਹੋ ਜਾਂਦੇ ਆ ਤੇ ਲੜਾਈ ਦੀ ਕਮਸਾਨ ਸਾਰੀ ਰਾਤ ਸ਼ਹੀਦ ਸ਼ਹੀਦ ਭਾਈ ਅਮਰੀਤ ਸਿੰਘ ਕਿੱਥੇ ਸ਼ਹੀਦ ਹੁੰਦੇ ਆ? ਤੋਪਾਂ ਟੈਂਕਾਂ ਦੇ ਗੋਲੇ ਭਰਾਏ, ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ ਵਾ ਤੇ ਸੰਤਾਂ ਮਹਾਂਪੁਰਖਾਂ ਨੇ ਹੁਣ ਸ਼ਹੀਦੀਆਂ ਦੇਣ ਦਾ ਫੈਸਲਾ ਜਿਹੜਾ ਵਾ ਕਰ ਲਿਆ ਵਾ। ਇਸ ਤੋਂ ਪਹਿਲਾਂ ਕਿ ਮੈਂ ਇੱਕ ਤੁਹਾਨੂੰ ਦੱਸਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਇਹ 3-4 ਵਜੇ ਦੀ ਰਾਤ ਦੀ ਗੱਲ ਆ, ਸਵੇਰੇ ਅੰਮ੍ਰਿਤ ਵੇਲੇ ਦੀ 6 ਤਰੀਕ ਦੀ। ਭਾਈ ਅਮਰੀਕ ਸਿੰਘ ਜੀ ਤੇ ਕੁਝ ਸਿੰਘ ਇਹ ਇਕੱਠੇ ਹੋਏ ਨੇ ਸੰਤਾਂ ਤੋਂ ਥੋੜੀ ਜੀ ਦੂਰ ਭੋਰੇ ਦੇ ਵਿੱਚ, ਇੱਕ ਗੁਰਮਤਿ ਨੇ ਤੇ ਸੰਤ ਭਿੰਡਰਾਂ ਵਾਲੇ ਸਮਝ ਗਏ ਨੇ ਵੀ ਇਹ ਗੁਰਮਤਾ ਕੀ ਕਰਨ ਲੱਗੇ ਨੇ। ਸੰਤ ਭਿੰਡਰਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਤੇ ਬਾਕੀ ਸਾਥੀਆਂ ਨੂੰ ਇਸ਼ਾਰਾ ਕਰਕੇ ਕਿਹਾ ਸਿੰਘੋ ਮੇਰੀ ਗੱਲ ਸੁਣੋ। ਤਾਂ ਇਹ ਸਿੰਘ ਭਿੰਡਰਾਂ ਵਾਲਿਆਂ ਕੋਲ ਪਹੁੰਚ ਜਾਂਦੇ ਨੇ ਤੇ ਸੰਤਾਂ ਮਹਾਂਪੁਰਖਾਂ ਨੇ ਭਾਈ ਅਮਰੀਕ ਸਿੰਘ ਤੇ ਬਾਕੀ ਸਾਥੀਆਂ ਨੂੰ ਕਿਹਾ ਕਿ ਭਾਈ ਹੋਰ ਜੋ ਮੈਨੂੰ ਮਰਜ਼ੀ ਹੁਕਮ ਲਾ ਦਿਓ, ਪਰ ਇਹ ਗੁਰਮਤਾ ਨਾ ਕਰਿਓ, ਇਹ ਹੁਕਮ ਨਾ ਕਰਿਓ ਕਿ ਤੂੰ ਇੱਥੋਂ ਨਿਕਲ ਜਾ। ਵੇਖੋ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ ਆ ਤੇ ਮੈਂ ਇੱਥੋਂ ਨਿਕਲਣਾ ਨਹੀਂ। ਪਹਿਲੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ, ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਜਿਹੜੀ ਆ ਸ਼ਹਾਦਤ ਦਿੱਤੀ ਆ ਤੇ ਦਾਸ ਇਸ ਦਮਦਮੀ ਟਕਸਾਲ ਦਾ 14ਵਾਂ ਸੇਵਾਦਾਰ ਆ ਤੇ ਮੈਂ ਵੀ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਇੱਥੇ ਹੁਣ ਸ਼ਹਾਦਤ ਦਾ ਜਿਹੜਾ ਵਾ ਜਾਮ ਪੀਣਾ ਵਾ। ਬਾਹਰ ਨਿਕਲਣ ਵਾਲੀ ਗੱਲ ਕਦੇ ਸੁਪਨੇ ਚ ਵੀ ਨਹੀਂ ਜਿਹੜੀ ਆ ਸੋਚੀ ਜਾ ਸਕਦੀ। ਤਾਂ ਇਹ ਗੱਲ ਇੱਥੇ ਖਤਮ ਹੋ ਜਾਂਦੀ ਆ। ਸਿੰਘ ਪੂਰੇ ਜਿਹੜਾ ਵਾ ਜਾਓ ਜਲਾਲ ਦੇ ਵਿੱਚ ਭਾਰਤੀ ਫੌਜ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਡਟ ਕੇ ਮੁਕਾਬਲਾ ਕਰਦੇ ਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਤੇ ਦਰਸ਼ਨੀ ਦਿਓੜੀ ਦੇ ਦਰਮਿਆਨ ਜਿਹੜਾ ਵਾ ਵਿਹੜਾ ਵਾ ਇਹ ਇੱਕ ਭਾਰਤੀ ਫੌਜ ਲਈ ਕਬਰਸਤਾਨ ਬਣ ਚੁੱਕਾ ਸੀ। ਇਸ ਤੋਂ ਵੀ ਇੱਕ ਮੈਂ ਹੋਰ ਘਟਨਾ ਦੱਸਣਾ ਚਾਹੁੰਦਾ ਕਿ ਬਸਤਰ ਬੰਦ ਗੱਡੀ ਜਿਹੜੀ ਆ ਸ੍ਰੀ
ਜਿੱਥੇ ਦਰਬਾਰ ਸਾਹਿਬ ਤੇ ਆ ਕੜਾਹ ਪ੍ਰਸ਼ਾਦ ਦੀਆਂ ਪਰਚੀਆਂ ਕੱਢਦੇ, ਉੱਥੋਂ ਉਹਨੇ ਇੱਕ ਗੋਲਾ ਜਿਹੜਾ ਵਾ ਜਿੱਥੇ ਆਪਾਂ ਪਾਲਕੀ ਸਾਹਿਬ ਦਰਸ਼ਨੀ ਜੋੜੀ ਦੇ ਥੱਲੇ ਇੱਕ ਕਮਰਾ ਵਾ ਜਿੱਥੇ ਪਾਲਕੀ ਸਾਹਿਬ ਤੇ ਚਾਂਦਨੀ ਸਾਹਿਬ ਸੁਸ਼ੋਭਿਤ ਹੁੰਦੇ ਸਨ, ਉੱਥੇ ਉਹਨੇ ਗੋਲਾ ਮਾਰ ਚਾਂਦਨੀ ਸਾਹਿਬ ਤੇ ਉਹ ਪਾਲਕੀ ਸਾਹਿਬ ਹੀ ਜਿਹੜੀ ਆ ਡਾਤੀ ਆ। ਇਸ ਦੇ ਨਾਲ ਹੀ ਭਾਰਤੀ ਫੌਜ ਨੇ ਸੋਚਿਆ ਕਿ ਆਪਾਂ ਤੋਪਾਂ ਟੈਂਕਾਂ ਤੇ ਬਖਤਰਬੰਦ ਗੱਡੀਆਂ ਦੀ ਆੜ ਦੇ ਵਿੱਚ ਆਪਣੇ ਕਮਾਂਡੋ ਜਿਹੜੇ ਦਰਸ਼ਨੀ ਡਿਉੜੀ ਦੇ ਉੱਪਰ ਚਾੜ ਦਈਏ ਤੇ ਅਕਾਲ ਤਖ਼ਤ ਸਾਹਿਬ ਦੇ ਆਹਮੋ ਸਾਹਮਣੇ ਆਪਾਂ ਦਰਸ਼ਨੀ ਡਿਉੜੀ ਤੋਂ ਜਿਹੜੀ ਆ ਕਮਾਂਡੋਆਂ ਦੇ ਨਾਲ ਜਿਹੜੀ ਆ ਜੰਗ ਕਰੀਏ। ਪਰ ਸਿੰਘਾਂ ਨੇ ਇਹ ਕਮਾਂਡੋ ਦਰਸ਼ਨੀ ਡਿਉੜੀ ਦੇ ਉੱਪਰ ਚੜ੍ਹਨ ਨਹੀਂ ਦਿੱਤੇ ਤੇ ਉਹ ਉੱਥੇ ਦੇ ਉੱਥੇ ਜਿਹੜੇ ਆ ਉਹਨਾਂ ਨੂੰ ਮੌਤ ਦੀ ਨੀਂਦ ਜਿਹੜਾ ਵਾ ਦਵਾਲ ਦਿੱਤਾ ਗਿਆ ਵਾ ਸਿੰਘਾਂ ਨੇ, ਕਿਉਂਕਿ ਦੋਵੇਂ ਪਾਸੇ ਜਿਹੜੀਆਂ ਡਿਉੜੀਆਂ ਦੇ ਤਖ਼ਤ ਸਾਹਿਬ ਦੇ ਉੱਥੋਂ ਨਿਰੀ ਮੌਤ ਦਾ ਪ੍ਰਸ਼ਾਦ ਹੀ ਵਰਤਾਇਆ ਜਾ ਰਿਹਾ ਸੀ, ਉੱਥੋਂ ਆਖ ਹੀ ਨਿਕਲ ਰਹੀ ਸੀ, ਉੱਥੋਂ ਕੋਈ ਵੀ ਫੌਜੀ ਜਿੰਦਾ ਬਚ ਕੇ ਜਿਹੜਾ ਵਾ ਬਾਹਰ ਨਹੀਂ ਨਿਕਲ ਸਕਿਆ ਉਸ ਵਿਹੜੇ ਦੇ ਵਿੱਚੋਂ। ਹੁਣ ਜਦੋਂ ਸਵੇਰ ਤੇ ਜਦੋਂ ਸਵੇਰ ਦੇ 8 ਵੱਜ ਚੁੱਕੇ ਨੇ, 8:30 ਦਾ ਕਰੀਬ ਟਾਈਮ ਆ, ਤੇ ਸੰਤਾਂ ਨੇ ਸਿੰਘਾਂ ਸਾਰਿਆਂ ਨੂੰ ਇਕੱਠਿਆਂ ਕੀਤਾ, ਇਹ ਕਿਹਾ ਵੀ ਭਾਈ ਤੁਸਾਂ ਮੇਰਾ ਜ਼ਿੰਦਗੀ ਦੇ ਵਿੱਚ ਸਾਰੇ ਸਿੰਘਾਂ ਨੇ ਡਟ ਕੇ ਔਖੇ ਸਮੇਂ ਸਾਥ ਦਿੱਤਾ ਵਾ, ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਸ਼ਹੀਦੀਆਂ ਪਾਉਣ ਦਾ ਜਿਹੜਾ ਵਾ ਸਮਾਂ ਆ ਚੁੱਕਾ ਵਾ, ਜਿਹੜੇ ਸਿੰਘਾਂ ਤੇ ਕੋਈ ਕੇਸ ਨੇ ਮੈਂ ਖੁਸ਼ੀ ਖੁਸ਼ੀ ਆਖ ਰਿਹਾ, ਉਹ ਸਿੰਘ ਜਿਹੜੇ ਆ ਤੁਸੀਂ ਹੁਣ ਇੱਥੋਂ ਜਿਹੜਾ ਵਾ ਜਾ ਸਕਦੇ ਹੋ, ਪਰ ਜਿਨ੍ਹਾਂ ਸਿੰਘਾਂ ਤੇ ਕੇਸ ਨੇ ਕੋਈ ਉਹ ਦਾਸ ਦੇ ਨਾਲ ਜਿਹੜਾ ਵਾ ਸ਼ਹੀਦੀਆਂ ਦਾ ਜਾਮ ਪੀਣ ਲਈ, ਸ਼ਹੀਦੀਆਂ ਪਾਉਣ ਲਈ, ਮੌਤ ਦੇ ਅਖਾੜੇ 'ਚ ਜਾਣ ਲਈ ਜਿਹੜਾ ਵਾ ਹੁਣ ਤਿਆਰ ਆਪਾਂ ਹੋ ਜਾਓ, ਜਿਹੜਾ ਸਿੰਘ ਖੁਸ਼ੀ ਨਾਲ ਬਾਹਰ ਜਾਣਾ ਚਾਹੁੰਦਾ ਵਾ ਉਹ ਜਾ ਸਕਦਾ ਵਾ, ਮੈਨੂੰ ਕਿਸੇ ਤੇ ਰੋਸ ਨਹੀਂ, ਕਿਸੇ ਦੇ ਗੁੱਸਾ ਨਹੀਂ, ਮੈਨੂੰ ਖੁਸ਼ੀ ਆ ਕਿ ਤੁਸੀਂ ਬਾਹਰ ਜਾ ਕੇ ਸਾਡੇ ਤੋਂ ਬਾਅਦ ਜਿਹੜਾ ਵਾ ਕੌਮ ਦੀ ਲੜਾਈ, ਕੌਮ ਦਾ ਸ਼ਕਤ ਜਿਹੜਾ ਵਾ ਦੁਬਾਰਾ ਜਿਹੜਾ ਵਾ ਸ਼ੁਰੂ ਕਰੋਗੇ ਤੇ ਇਸ ਗੱਲ ਨੂੰ ਅੱਗੇ ਤੋਰੋ। ਸੋ 8:30 ਦੇ ਕਰੀਬ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਭੋਰੇ ਚੋਂ ਨਿਕਲ ਕੇ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿੱਥੇ ਸ਼ਾਸਤਰ ਸੁਸ਼ੋਭਿਤ ਹੁੰਦੇ ਆ ਉੱਥੇ ਆਪਣੀ ਵੱਡੀ ਸ੍ਰੀ ਸਾਹਿਬ ਤੀਰ ਰੱਖ ਕੇ ਤੇ ਸ੍ਰੀ ਗੁਰੂ ਹਰਗੋਬਿੰਦ 6ਵੇਂ ਪਾਤਸ਼ਾਹ ਜੀ ਦੇ ਸਨਮੁਖ ਅਰਦਾਸ ਕੀਤੀ ਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਖੁਦ ਆਪ। ਤੇ ਅਰਦਾਸ ਦੇ ਵਿੱਚ ਉਹਨਾਂ ਕਿਹਾ ਕਿ ਸੱਚੇ 6ਵੇਂ ਪਾਤਸ਼ਾਹ ਤੁਹਾਡੇ ਤਖ਼ਤ ਤੇ ਸੇਵਾ ਕਰਦਿਆਂ, ਕੌਮ ਦੀ ਸੇਵਾ ਕਰਦਿਆਂ ਮੈਥੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਆਪਣਾ ਅਣਜਾਣ ਬੱਚਾ ਸਮਝ ਕੇ ਦਾਸ ਨੂੰ ਜਿਹੜਾ ਵਾ ਮਾਫ਼ ਕਰਿਓ ਤੇ ਸ਼ਹੀਦੀ ਅਖਾੜੇ ਵੱਲ ਚੱਲੇ ਹਾਂ ਤੇ ਹੁਣ ਸ਼ਹਾਦਤ ਦਾ ਜਿਹੜਾ ਵਾ ਜਾਂ ਪੀਣ ਦਾ ਵੀ ਜਿਹੜਾ ਵਾ ਦਾਸ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਵਾ ਆਸ਼ੀਰਵਾਦ ਦਿਓ ਕਿ ਅਸੀਂ ਫੌਜ ਦਾ ਮੂੰਹ ਤੋੜਵਾਂ ਜਵਾਬ ਦੇ ਕੇ ਜਿਹੜਾ ਵਾ ਸ਼ਹੀਦੀਆਂ ਦਾ ਜਿਹੜਾ ਵਾ ਜਾਮ ਜਿਹੜਾ ਵਾ ਪੀਏ। ਤੇ ਇਸ ਅਰਦਾਸ ਦੇ ਜੋ ਆਖਰੀ ਸ਼ਬਦ ਸਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਇਹ ਵੀ ਇੱਕ ਨਿਮਰਤਾ ਭਰੀ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹੁਣ ਆਪਾਂ ਸ਼ਹਾਦਤਾਂ ਦੇਣ ਜਾ ਰਹੇ ਹਾਂ ਆਪ ਜੀ ਦੇ ਆਸ਼ੀਰਵਾਦ ਸਦਕਾ, ਪਰ ਇੱਕ ਮੇਰੀ ਬੇਨਤੀ ਆ ਪੀਰੀ ਦੇ ਮਾਲਕੋ ਕਿ ਮੇਰਾ ਜਨਮ ਦੁਬਾਰਾ ਫਿਰ ਸਿੱਖਾਂ ਦੇ ਘਰ ਹੋਵੇ, ਮੇਰਾ ਜਨਮ ਉਨੀ ਦੇਰ ਸਿੱਖਾਂ ਦੇ ਘਰ ਮੇਰਾ ਜਨਮ ਹੁੰਦਾ ਰਹੇ ਜਿੰਨੀ ਦੇਰ ਸਿੱਖ ਕੌਮ ਦਾ ਘਰ ਘਾੜ ਨਹੀਂ ਬਣ ਜਾਂਦਾ। ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਰਦਾਸ ਦੇ ਆਖਰੀ ਸ਼ਬਦ ਸਨ ਤੇ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੋਲੇ ਸੋਨੇ ਹਾਲ ਦੇ ਜੰਕਾਰਿਆਂ ਦਾ ਇੱਕ ਠਾਠਾ ਮਾਰਦਾ ਹੜ ਆ ਗਿਆ ਵਾ
ਔਰ ਚੜ੍ਹਦੀ ਕਲਾ ਦੇ ਵਿੱਚ ਸਿੰਘ ਇੱਕ ਦੂਸਰੇ ਤੋਂ ਅੱਗੇ ਸ਼ਹੀਦੀਆਂ ਦੇਣ ਲਈ ਜਿਹੜਾ ਵਾ ਮੋਹਰੇ ਨਜ਼ਰ ਆ ਰਹੇ ਸਨ। ਤਾਂ ਉਸ ਵੇਲੇ ਫਿਰ ਅਰਦਾਸ ਕਰਨ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਭਾਈ ਕਾਬਲ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ ਫੌਜੀ, ਭਾਈ ਬਖਸੀਰ ਸਿੰਘ ਜੀ ਮਾਲੂਵਾਲ ਆਦਿ ਆਪਣੇ ਸਾਥੀਆਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੇਠਾਂ ਪੌੜੀਆਂ ਤੋਂ ਹੇਠਾਂ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਿਹੜਾ ਵਾ ਉਤਰਦੇ ਆ। ਉਸ ਵੇਲੇ ਫਿਰ ਘਮਾਸਾਨ ਦੀ ਜਿਹੜੀ ਆ ਜੰਗ ਹੁੰਦੀ ਆ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ, ਬੀਰੀ ਪੀਰੀ ਦੇ ਦੋ ਜੋ ਨਿਸ਼ਾਨ ਸਾਹਿਬ ਨੇ, ਉੱਥੇ ਭਾਈ ਅਮਰੀਕ ਸਿੰਘ ਜੀ ਜਿਹੜਾ ਵਾ ਫੌਜ ਨਾਲ ਲੜਦਿਆਂ ਹੋਇਆਂ ਜਿਹੜਾ ਵਾ ਸ਼ਹੀਦੀ ਦਾ ਜਾਮ ਪੀ ਜਾਂਦੇ ਆ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਾਰਤੀ ਫੌਜ ਨਾਲ ਲੜਦਿਆਂ ਹੋਇਆਂ ਦਰਸ਼ਨੀ ਡਿਉੜੀ ਦੇ ਬਿਲਕੁਲ ਸਨਮੁੱਖ ਜਿਹੜੇ ਆ ਸ਼ਹੀਦ ਹੁੰਦੇ ਆ। ਉਹਨਾਂ ਤੇ ਜੋ ਬੱਕਰਬੰਦ ਗੱਡੀ ਆ ਜਿਹੜੀ ਜਿੱਥੇ ਕੜਾਹ ਪ੍ਰਸ਼ਾਦ ਵਾਲੀਆਂ ਪਰਚੀਆਂ ਜਿੱਥੇ ਕੱਢਦੇ ਆ, ਜੋ ਮੈਂ ਪਿੱਛੇ ਦੱਸਿਆ ਉੱਥੇ ਜੋ ਖੜੀ ਸੀ, ਉਸ ਦੇ ਵਿੱਚੋਂ ਅੰਧਾ ਧੁੰਦ ਗੋਲੇ ਤੇ ਫਾਇਰਿੰਗ ਹੋਈ ਆ ਉਸ ਵੇਲੇ। ਉਸ ਫਾਇਰਿੰਗ ਦੇ ਨਾਲ, ਉਹਨਾਂ ਗੋਲਿਆਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜਾ ਵਾ ਸ਼ਹਾਦਤ ਦਾ ਜਿਹੜਾ ਵਾ ਜਾਨ ਪ੍ਰਾਪਤ ਕਰਦੇ ਆ। ਇੱਕ ਘਟਨਾ ਹੋਰ ਭਾਈ ਸਾਹਿਬ ਰਹਿ ਗਈ ਆ ਸ੍ਰੀ ਅਕਾਲ ਤਖ਼ਤ ਸਾਹਿਬ। ਮੈਂ ਇੱਥੇ ਇੱਕ ਮਿੰਟ ਭਾਈ ਸਾਹਿਬ ਰੁਕਿਓ, ਜਿੱਦਾਂ ਅੱਜ 34 ਸਾਲ ਹੋ ਗਏ ਆ, ਬਹੁਤ ਲੋਕਾਂ ਦਾ ਜਾਂ ਬਹੁਤਿਆਂ ਦਾ ਖਿਆਲ ਇਹ ਆ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉੱਥੇ ਸਿੰਘਾਂ ਨੇ ਗੁਰਮਤਾ ਕਰ ਲਿਆ ਸੀਗਾ ਤੇ ਸਿੰਘ ਸੰਤ ਜੀ ਬਾਹਰ ਨਿਕਲ ਗਏ ਆ ਤੇ ਉਹ ਜਿਉਂਦੇ ਹਨ, ਸ਼ਹੀਦ ਨਹੀਂ ਹੋਏ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਜੀ, ਅਸੀਂ ਉਸ ਸਮੇਂ ਵੀ ਇਹ ਗੱਲ ਕਹੀ ਸੀ ਕਿਉਂਕਿ 6 ਜੂਨ ਨੂੰ 12 ਵਜੇ ਦੇ ਕਰੀਬ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਰਾਤਾ ਜੋ ਉਸ ਵੇਲੇ ਭਾਰਤੀ ਫੌਜ ਵਿੱਚ ਮੇਰੇ ਖਿਆਲ ਮੁਤਾਬਕ ਉਹਲੇ ਸੂਬੇਦਾਰ ਸਨ, ਉਹ ਜੀ ਵਰਦੀ ਦੇ ਵਿੱਚ ਘੰਟਾ ਘਰ ਵਾਲੇ ਪਾਸਿਓਂ ਜਿਹੜਾ ਵਾ ਅੰਦਰ ਦਾਖਲ ਹੋਏ ਨੇ, ਕਿਉਂਕਿ ਸਿੰਘ ਉਹਨਾਂ ਨੂੰ ਪਛਾਣਦੇ ਸੀ, ਸੰਤਾਂ ਨੂੰ ਮਿਲਣ ਪਹਿਲਾਂ ਵੀ ਉਹ ਆਇਆ ਕਰਦੇ ਸੀ ਸ੍ਰੀ ਦਰਬਾਰ ਸਾਹਿਬ, ਤੇ ਉਹਨਾਂ ਨੇ ਆ ਕੇ ਸੰਤ ਭਿੰਡਰਾਂ ਦੀ ਜਿਹੜੀ ਆ ਮ੍ਰਿਤਕ ਦੇਹ ਆ ਉਹਨਾਂ ਦੀ ਸ਼ਨਾਖਤ ਕੀਤੀ ਆ, ਤੇ ਉਸ ਤੋਂ ਬਾਅਦ ਹੀ ਜਿਹੜੀ ਆ ਸੰਤ ਭਿੰਡਰਾਂ ਵਾਲਿਆਂ ਦੀ ਡੈਡ ਬੋਡੀ ਨੂੰ, ਸੰਤ ਭਿੰਡਰਾਂ ਵਾਲਿਆਂ ਦੀ ਮ੍ਰਿਤਕ ਦੇਹ ਨੂੰ ਭਾਰਤੀ ਫੌਜ ਨੇ ਫਿਰ ਜਿਹੜਾ ਵਾ ਆਪਣੇ ਕਬਜ਼ੇ ਵਿੱਚ ਲੈ ਕੇ ਤੇ ਉਹਨਾਂ ਨੂੰ ਫਿਰ ਜਿਹੜਾ ਵਾ ਬਾਬੇ ਸ਼ਹੀਦਾਂ ਦੇ ਸਾਹਮਣੇ ਜੋ ਸ਼ਮਸ਼ਾਨ ਘਾਟ ਆ ਉੱਥੇ ਉਹਨਾਂ ਨੂੰ, ਭਾਈ ਅਮਰੀਕ ਸਿੰਘ ਨੂੰ, ਜਨਰਲ ਸੁਖਬੀਰ ਸਿੰਘ ਜੀ ਨੂੰ, ਇਹਨਾਂ ਤਿੰਨਾਂ ਦਾ ਸੰਸਕਾਰ ਜਿਹੜਾ ਭਾਰਤੀ ਫੌਜ ਨੇ ਜਿਹੜਾ ਵਾ ਉੱਥੇ ਬਾਬਾ ਦੀਪ ਸਿੰਘ ਦੇ ਸਾਹਮਣੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ। ਉੱਥੇ ਵੀ ਭਾਰਤੀ ਫੌਜ ਤੇ ਪੁਲਿਸ ਦੀ ਲੜਾਈ ਹੋਈ ਆ ਭਾਈ ਸਾਹਿਬ ਜੀ, ਫੌਜ ਨੇ ਕਿਹਾ ਵਾ ਕਿ ਅਸੀਂ ਹੀ ਸੰਸਕਾਰ ਕਰਨਾ ਵਾ, ਪਰ ਪੰਜਾਬ ਪੁਲਿਸ ਨੇ ਕਿਹਾ ਵਾ ਕਿ ਇਹ ਸਿੱਖਾਂ ਦੇ ਜਰਨੈਲ ਸਨ, ਸਿੱਖਾਂ ਦੇ ਆਗੂ ਸਨ, ਅਸੀਂ ਇਹਨਾਂ ਦਾ ਮਾਣ ਸਨਮਾਨ ਦੇ ਨਾਲ ਸੰਸਕਾਰ ਕਰਨਾ ਵਾ। ਇੱਕ ਰਵਾਇਤ ਆ ਕਿ ਦੁਸ਼ਮਣ ਦਾ ਵੀ ਜਿਹੜਾ ਵਾ ਕਿਸੇ ਸਲੀਕੇ ਨਾਲ ਪੇਸ਼ ਆਇਆ ਜਾਂਦਾ ਵਾ, ਤੇ ਉਸ ਵੇਲੇ ਫਿਰ ਉਸ ਵੇਲੇ DSP ਅਪਾਰ ਸਿੰਘ ਬਾਜਵਾ ਸੀ, ਉਹਨਾਂ ਨੇ ਫਿਰ ਲਾਗੋਂ ਪਤਾ ਨੀ ਕਿੱਥਿਓਂ ਘਿਓ ਦੇ ਦੇਸੀ ਟੀਨ ਮੰਗਾ ਕੇ ਜਿਹੜਾ ਵਾ ਚਿਖਾ ਦੇ ਉੱਪਰ ਪਾ ਕੇ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ, ਜਨਰਲ ਸੁਖਬੀਰ ਸਿੰਘ ਤੇ ਭਾਈ ਅਮਰੀਕ ਸਿੰਘ ਜੀ ਦਾ ਉੱਥੇ ਜਿਹੜਾ ਵਾ ਸੰਸਕਾਰ ਕੀਤਾ ਵਾ। ਇਹ ਕਹਾਣੀ ਇਸ ਤਰ੍ਹਾਂ ਦੀ ਆ। ਇੱਕ ਕਹਾਣੀ ਮੈਂ ਜਿਹੜੀ ਮੈਂ ਇੱਥੇ ਇੱਕ ਮਿੰਟ ਭਾਈ ਮਨਜੀਤ ਸਿੰਘ ਜੀ ਪੁੱਛਣਾ ਚਾਹੁੰਦਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੇਡੀ ਬੈਂਕ ਦੀ ਪ੍ਰਧਾਨ ਬੀਬੀ ਅਪਕਾਰ ਕੌਰ,
ਉਹਨਾਂ ਦੇ ਬਾਰੇ ਜਿੱਦਾਂ ਇਹ ਵੀ ਆ ਨਾ ਵੀ ਜਿੱਦਾਂ ਮਾਈ ਭਾਗਵਾਨ ਕਹਿੰਦੇ ਉਹਨਾਂ ਨੇ ਵੀ ਉਸ ਵੇਲੇ ਸ਼ਹਾਦਤ ਇੱਥੇ ਦਰਬਾਰ ਸਾਹਿਬ ਹੀ ਪ੍ਰਾਪਤ ਕੀਤੀ ਹੈ, ਉਹਨਾਂ ਬਾਰੇ ਵੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ? ਹਾਂ, ਦੇਖੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਗਰਲਜ਼ ਵਿੰਗ ਦੀ ਪ੍ਰਧਾਨ ਬੀਬੀ ਅਪਕਾਰ ਕੌਰ ਜੀ ਤੇ ਭਾਈ ਹਰਮਿੰਦਰ ਸਿੰਘ ਸੰਧੂ ਦੀ ਵਾਈਫ, ਇਹਨਾਂ ਇਹ ਸਾਡੇ ਕੋਲ ਸਰਾਂ ਦੇ ਕਮਰਿਆਂ ਵਿੱਚ ਸਨ ਤੇ ਅਸੀਂ ਇਹਨਾਂ ਬੀਬੀਆਂ ਨੂੰ ਤੇ ਹੋਰ ਵੀ ਭਾਈ ਰਜਿੰਦਰ ਸਿੰਘ ਮਹਿਤਾ ਦੀ ਪਤਨੀ ਧਰਮ ਪਤਨੀ ਵੀ, ਭਾਈ ਮਨਜੀਤ ਸਿੰਘ ਦੀ ਧਰਮ ਪਤਨੀ ਵੀ, ਹੋਰ ਵੀ ਸਿੰਘਾਂ ਦੀਆਂ ਜਿਹੜੀਆਂ ਧਰਮ ਪਤਨੀਆਂ ਸੀ, ਅਸੀਂ ਕਿਹਾ ਸੀ ਕਿ ਤੁਸੀਂ ਸਾਰੀਆਂ ਬੀਬੀਆਂ ਜਿਹੜੀਆਂ ਨੇ ਦਰਬਾਰ ਸਾਹਿਬ ਚੋਂ ਜਿਹੜਾ ਵਾ ਬਾਹਰ ਨਿਕਲ ਜਾਓ। ਬੀਬੀ ਅਪਕਾਰ ਕੌਰ ਜਿਹੜੀ ਹੈ ਇੱਕ ਵੇਲੇ ਵੀ ਨਹੀਂ ਸੀ ਮੰਨ ਰਹੀ ਕਿ ਪਰ ਵੀ ਮੈਂ ਨਹੀਂ ਨਿਕਲਣਾ, ਮੈਂ ਇੱਥੇ ਤੁਹਾਡੇ ਨਾਲ ਸ਼ਹੀਦ ਹੋਣਾ ਵਾ, ਪਰ ਸਾਡੇ ਜ਼ੋਰ ਪਾਉਣ ਨਾਲ ਹਰਮਿੰਦਰ ਸਿੰਘ ਸੰਧੂ ਤੇ ਬਾਕੀ ਫੈਡਰੇਸ਼ਨ ਆਗੂਆਂ ਦੇ ਜ਼ੋਰ ਪਾਉਣ ਤੇ ਉਹ ਇਹ ਗੱਲ ਮੰਨ ਗਈ ਕਿ ਮੈਂ ਜਿਹੜੀ ਆ ਚਲੋ ਬਾਕੀ ਬੀਬੀਆਂ ਦੇ ਨਾਲ ਨਿਕਲ ਜਾਂਦੀ ਹਾਂ। ਉਸ ਸਮੇਂ ਇਹਨਾਂ ਸਿੰਘਾਂ ਦੇ ਇਹਨਾਂ ਸਿੰਘਣੀਆਂ ਦੇ ਨਾਲ ਕੁਝ ਸਿੰਘਾਂ ਨੂੰ ਭੇਜਿਆ ਗਿਆ ਕਿ ਤੁਸੀਂ ਇਹਨਾਂ ਬੀਬੀਆਂ ਨੂੰ ਜਿਹੜਾ ਵਾ ਬਾਬੇ ਟੱਲ ਵਾਲੇ ਪਾਸਿਓਂ ਜਿਹੜੀ ਆ ਗਲੀ ਪਾਰ ਕਰਾ ਦਿਓ। ਬੀਬੀਆਂ ਬੀਬੀ ਅਪਕਾਰ ਕੌਰ ਤੇ ਬੀਬੀ ਸਰਦਾਰ ਹਰਮਿੰਦਰ ਸਿੰਘ ਦੀ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਧਰਮ ਪਤਨੀ, ਇਹ ਬੀਬੀਆਂ ਸਭ ਤੋਂ ਪਹਿਲਾਂ ਜਿਹੜਾ ਜੱਥਾ ਵਾ ਭਾਈ ਹਰਮਿੰਦਰ ਸਿੰਘ ਗਿੱਲ, ਜਿਹਨਾਂ ਦੇ ਪਿਤਾ ਗਿਆਨੀ ਦਲੀਪ ਸਿੰਘ ਮੰਜੀ ਸਾਹਿਬ ਹਾਲ ਤੇ ਕਥਾ ਕਰਿਆ ਕਰਦੇ ਸਨ, ਉਹਨਾਂ ਦਾ ਕੁਆਟਰ ਉਹਨਾਂ ਦਾ ਘਰ ਬਾਬਾ ਟੱਲ ਸਾਹਿਬ ਰਾਏ ਜੀ ਦੇ ਬਿਲਕੁਲ ਜਿਹੜਾ ਵਾ ਨਾਲ ਸੀ। ਇਹ ਬੀਬੀਆਂ ਪਹਿਲਾਂ ਉੱਥੇ ਜਾਂਦੀਆਂ ਤੇ ਬਾਕੀ ਬੀਬੀਆਂ ਜਿਹੜੀਆਂ ਉੱਥੋਂ ਅੱਗੇ ਚਲੀਆਂ ਜਾਂਦੀਆਂ ਨੇ, ਪਰ ਬੀਬੀ ਅਪਕਾਰ ਕੌਰ ਨੇ ਕਿਹਾ ਕਿ ਮੈਂ ਇੱਥੋਂ ਅੱਗੇ ਨਹੀਂ ਜਾਣਾ। ਉਸ ਵੇਲੇ ਇਹਨਾਂ ਦੇ ਨਾਲ ਬੀਬੀ ਇਹਨਾਂ ਦੇ ਨਾਲ ਭਾਈ ਹਰਮਿੰਦਰ ਸਿੰਘ ਸੰਧੂ ਦੀ ਧਰਮ ਪਤਨੀ ਵੀ ਉੱਥੇ ਜਿਹੜੀ ਆ ਰਹਿ ਜਾਂਦੀ ਆ ਹਰਮਿੰਦਰ ਸਿੰਘ ਗਿੱਲ ਦੇ ਘਰ, ਗਿਆਨੀ ਦਲੀਪ ਸਿੰਘ ਜੀ ਦੇ ਘਰ ਉਹ ਕੁਆਟਰ ਦੇ ਵਿੱਚ। ਉਸ ਵੇਲੇ ਭਾਰਤੀ ਫੌਜ ਜਿਹੜੀ ਆ ਉੱਥੇ ਜਦੋਂ ਦਾਖਲ ਹੁੰਦੀ ਆ ਤੇ ਬੀਬੀ ਅਪਕਾਰ ਕੌਰ ਤੇ ਹਰਮਿੰਦਰ ਸਿੰਘ ਸੰਧੂ ਦੀ ਪਤਨੀ ਇਹਨਾਂ ਦੇ ਕੋਲ ਹਥਿਆਰ ਸਨ, ਰਿਵਾਲਵਰ ਸਨ, ਤੇ ਭਾਰਤੀ ਫੌਜ ਤੇ ਫਾਇਰਿੰਗ ਕਰ ਦਿੰਦੇ ਆ। ਭਾਰਤੀ ਫੌਜ ਬਰਾਬਰ ਇਹਨਾਂ ਦੇ ਫਾਇਰਿੰਗ ਕਰਕੇ ਉੱਥੇ ਦੋਵਾਂ ਇਹਨਾਂ ਬੀਬੀਆਂ ਨੂੰ ਗਿਆਨੀ ਦਲੀਪ ਸਿੰਘ ਜੀ ਦੇ ਘਰ, ਹਰਮਿੰਦਰ ਸਿੰਘ ਗਿੱਲ ਜੀ ਦੇ ਘਰ, ਇਹਨਾਂ ਦੋਨਾਂ ਬੀਬੀਆਂ ਦੀ ਸ਼ਹਾਦਤ ਗਿਆਨੀ ਦਲੀਪ ਸਿੰਘ ਜੀ ਦੇ ਕੁਆਟਰ ਦੇ ਵਿੱਚ ਬਾਬਾ ਟੱਲ ਰਾਏ ਜੀ ਦੇ ਬਿਲਕੁਲ ਨੇੜੇ ਹੁੰਦੀ ਹੈ। ਇਹ ਮੋਰਚਾ ਜਿੱਦਾਂ ਤੁਸੀਂ ਕਿਹਾ ਵੀ ਜਿੱਦਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਵੀ ਗੱਲ ਕਰ ਲਈ, ਸੰਤ ਬਾਬਾ ਜਰਨੈਲ ਸਾਹਿਬ ਭਿੰਡਰਾਂ ਵਾਲੇ ਦੇ ਦਮਦਮੀ ਟਕਸਾਲ ਦੇ ਸਿੰਘਾਂ ਦੀ ਵੀ ਗੱਲ ਕਰ ਲਈ, ਜਿਹੜੇ ਬੱਬਰ ਖਾਲਸਾ ਦੇ ਸਿੰਘ ਸੀ ਜਾਂ ਅਖੰਡ ਕੀਰਤਨੀ ਜਥੇ ਦੇ ਸਿੰਘ ਸੀ, ਉਹਨਾਂ ਦਾ ਮੋਰਚਾ ਕਿੱਧਰ ਸੀ? ਦੇਖੋ ਬੱਬਰ ਖਾਲਸਾ ਦੇ ਸਿੰਘਾਂ ਨੇ 4 ਤੇ 5 ਤਰੀਕ ਨੂੰ ਗੁਰੂ ਨਾਨਕ ਨਿਵਾਸ ਤੋਂ ਤੇ ਬਾਬਾ ਟੱਲ ਰਾਏ ਜੀ ਤੋਂ ਭਾਰਤੀ ਫੌਜ ਨੂੰ ਜਿਹੜੀ ਆ ਬਰਾਬਰ ਤੇ ਪੂਰੀ ਟੱਕਰ ਤੇ ਸਖ਼ਤ ਟੱਕਰ ਦਿੱਤੀ ਆ। ਅੱਜ ਵੀ ਉਹਨਾਂ ਦੀ ਜਿਹੜੀ ਆ ਪਿੱਠ ਸੜਦੀ ਆ। ਤੇ ਇੱਕ ਸਿੰਘ ਇਹਨਾਂ ਦਾ ਭਾਈ ਮਹਿੰਗਾ ਸਿੰਘ, ਜਦੋਂ CRP ਨਾਲ 1 ਜੂਨ ਨੂੰ ਗੋਲੀ ਚੱਲਦੀ ਆ ਤਾਂ ਉਹ ਬਾਬਾ ਟੱਲ ਰਾਏ ਜੀ ਦੇ ਉੱਪਰ ਗੁਰਦੁਆਰਾ ਸਾਹਿਬ ਜੋ ਮੋਰਚਾ ਸੀ ਉੱਥੇ ਬੱਬਰ ਖਾਲਸਾ ਦਾ ਇੱਕ ਸਿੰਘ ਭਾਈ ਮਹਿੰਗਾ ਸਿੰਘ ਵੀ ਜਿਹੜਾ ਵਾ ਸ਼ਹੀਦ ਹੋ ਜਾਂਦਾ ਵਾ। ਪਰ ਜਦੋਂ ਭਾਰਤੀ ਫੌਜ ਦੇ ਤੋਪਾਂ ਟੈਂਕ ਤੇ ਤੋਪਾਂ ਤੇ ਬਖਤਰਬੰਦ ਗੱਡੀਆਂ ਅੰਦਰ ਜਦੋਂ ਦਾਖਲ ਹੁੰਦੀਆਂ ਨੇ 11 ਵਜੇ ਦੇ ਕਰੀਬ ਸਰਾਂ ਵਾਲੇ ਗੇਟ ਦੇ ਪਾਸਿਓਂ, ਤਾਂ ਬੱਬਰ ਖਾਲਸਾ ਦੇ ਜਿਹੜੇ ਸਿੰਘ ਆ ਇਹ ਗੁਰੂ ਨਾਨਕ ਨਿਵਾਸ ਦੀ ਜਿਹੜੀ ਕੰਧ ਪਾੜ ਕੇ ਬਾਗ ਵਾਲੀ ਗਲੀ
ਜੋ ਲਾਗਦੇ ਘਰਾਂ ਦੇ ਨਾਲ ਲੱਗਦੇ ਸਨ ਉਹ ਕੰਧ ਪਾੜ ਕੇ ਤੇ ਇਹ 5 ਤੇ 6 ਤਰੀਕ ਦੀ ਦਰਮਿਆਨੀ ਰਾਤ ਨੂੰ ਉੱਥੋਂ ਬਾਹਰ ਨਿਕਲਦੇ। ਠੀਕ ਹੈ, ਤੇ ਜਿਵੇਂ ਤੁਸੀਂ ਗੱਲਬਾਤ ਦੱਸੀ ਆ ਇਹਦੇ ਵਿੱਚ, ਜਿਵੇਂ ਸਵੰਤ ਸਿੰਘ ਰੋਡੇ ਦੀ ਗੱਲ ਕੀਤੀ ਸੀਗੀ, ਸੰਤਾਂ ਦੇ ਭਤੀਜੇ, ਤੇ ਸੰਤਾਂ ਦੇ ਪਰਿਵਾਰ ਚੋਂ ਹੋਰ ਕਿਹੜੇ ਕਿਹੜੇ ਮੈਂਬਰ ਸੀ ਜਿਹੜੇ ਉੱਥੇ ਮੋਰਚੇ 'ਚ ਦਰਬਾਰ ਸਾਹਿਬ ਸ਼ਹੀਦ ਹੋ ਗਏ? ਦੇਖੋ ਭਾਈ ਸਵਰਨ ਸਿੰਘ ਰੋਡੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਇੱਕ ਭਰਾਤਾ, ਮੈਨੂੰ ਨਾਂ ਨੀ ਸ਼ਾਇਦ ਬਾਪੂ ਜਗੀਰ ਸਿੰਘ ਸੀ, ਮੈਨੂੰ ਉਹਨਾਂ ਦਾ ਨਾਂ ਨੀ ਪੂਰਾ ਯਾਦ ਆ ਰਿਹਾ। ਸੰਤਾਂ ਦੇ ਇੱਕ ਭਰਾਤਾ ਵੀ ਨਾਲ ਉੱਥੇ ਜਿਹੜੇ ਆ ਸ਼ਹੀਦ ਹੋਏ ਆ। ਹਾਂਜੀ, ਸਵਰਨ ਸਿੰਘ ਦੇ ਮੇਰੇ ਖਿਆਲ ਉਹਨਾਂ ਦੇ ਪਿਤਾ ਹੀ ਸੀ, ਭਾਈ ਜਸਵੀਰ ਸਿੰਘ ਉਹਨਾਂ ਦੇ ਪਿਤਾ ਹੀ, ਭਾਈ ਜਗੀਰ ਸਿੰਘ, ਬਾਪੂ ਜਗੀਰ ਸਿੰਘ ਜੀ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉੱਥੇ ਸ਼ਹੀਦ ਹੋਏ ਨੇ। ਠੀਕ, ਤੇ ਜਿੱਦਾਂ ਹੁਣ ਤੁਸੀਂ ਉਸ ਵੇਲੇ ਤੁਸੀਂ ਸੀ ਭਾਈ ਮਨਜੀਤ ਸਿੰਘ ਜਿਹੜੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਰਾਤਾ ਸੰਤ ਕਰਤਾਰ ਸਿੰਘ ਜੀ ਦੇ ਲੜਕੇ, ਉਹ ਵੀ ਮਤਲਬ ਉਸ ਵੇਲੇ ਤੁਹਾਡੇ ਨਾਲ, ਰਜਿੰਦਰ ਸਿੰਘ ਮਹਿਤਾ, ਇਹ ਜਿਹੜੇ ਸਿੰਘ ਸਾਰੇ ਬਚ ਕੇ ਕਿੱਦਾਂ ਨਿਕਲੇ ਤੁਸੀਂ ਉੱਥੋਂ? ਹਾਂਜੀ, ਜਿਹੜੇ ਸਿੰਘ ਜਿੱਦਾਂ ਤੁਸੀਂ ਅੱਜ ਵੀ ਮਤਲਬ ਮੌਕੇ ਦੇ ਗਵਾਹ ਆ, ਤੁਸੀਂ ਉਸ ਵੇਲੇ ਮੋਰਚੇ ਦੇ ਵਿੱਚੋਂ ਤੁਸੀਂ ਕਿੱਦਾਂ ਬਾਹਰ ਆਏ, ਉਹ ਵੀ ਕਹਾਣੀ ਦੱਸੋਗੇ, ਕਿੱਦਾਂ ਤੁਸੀਂ ਬਾਹਰ ਕਿੱਦਾਂ ਨਿਕਲ ਆਏ, ਤੇ ਜਾਂ ਤੁਹਾਨੂੰ ਫੜ ਲਿਆ ਗਿਆ ਜਾਂ ਕਿਵੇਂ ਹੋਇਆ, ਕੀ ਹੋਇਆ, ਕੀ ਵਾਪਰਿਆ ਉਸ ਵੇਲੇ? ਭਾਈ ਸਾਹਿਬ ਜੀ, ਉਹ ਵੀ ਮੈਂ ਸੱਚੀ ਤੇ ਇੱਕ ਰੋਚਕ ਕਹਾਣੀ ਆ, ਉਹ ਤੁਹਾਨੂੰ ਮੈਂ ਜ਼ਰੂਰ ਜਿਹੜਾ ਵਾ ਬਿਆਨ ਕਰਨ ਲੱਗਾ ਵਾਂ। ਹਾਂਜੀ, ਹੋਇਆ ਇਹ ਕਿ ਜਦੋਂ ਫੌਜ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਅੰਦਰ ਦਾਖਲ ਹੋ ਜਾਂਦੀ ਆ, ਤੇ ਮੈਂ ਇਹ ਵੀ ਦੱਸ ਦੇਵਾਂ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕੋਲ ਜਿਵੇਂ ਪਾਣੀ ਵਾਲੀ ਟੈਂਕੀ ਵਾਲਾ ਮੋਰਚਾ, ਦੋਵੇਂ ਅਕਾਲ ਤਖ਼ਤ ਸਾਹਿਬ, ਪੁਰਾਣਾ ਅਕਾਲ ਰੈਸਟ ਹਾਊਸ ਤੇ ਪੁਰਾਣਾ ਨਵਾਂ ਅਕਾਲ ਰੈਸਟ ਹਾਊਸ ਤੇ ਪੁਰਾਣਾ ਅਕਾਲ ਰੈਸਟ ਹਾਊਸ ਸਰਾਂ ਦੇ ਸਾਹਮਣੇ ਸਿੰਧੂ ਮੋਚੀਆਂ ਵਾਲੇ ਬਾਜ਼ਾਰ ਦੇ ਵਿੱਚ ਟੈਂਪਲ ਵਿਊ ਹੋਟਲ ਤੇ ਗੁਰੂ ਰਾਮਦਾਸ ਲੰਗਰ ਹਾਲ ਦੀ ਛੱਤ ਉੱਪਰ, ਛੱਤ ਦੇ ਕੁਝ ਹਿੱਸੇ ਤੇ ਆਲ ਇੰਡੀਆ ਸਿੰਘਾਂ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘਾਂ ਦੇ ਮੋਰਚੇ ਸਨ, ਜਿਹੜੀ ਹੈਗੀ ਆਪੇ ਦੀਪ ਸਿੰਘ ਜੀ ਵਾਲੀ ਡਿਉੜੀ, ਇਹਦੇ ਵਿੱਚ ਭਾਈ ਸਤਿੰਦਰਪਾਲ ਸਿੰਘ ਪੀਟੀ ਜੋ ਅੰਮ੍ਰਿਤਸਰ ਸ਼ਹਿਰੀ ਜੂੰਟ ਦਾ ਪ੍ਰਧਾਨ ਸੀ, ਉਸਦਾ ਮੋਰਚਾ ਉੱਥੇ ਸੀ। ਜਿਹੜੀ ਹੈਗੀ ਆ ਸ੍ਰੀ ਅਕਾਲ ਤਖ਼ਤ ਦੀ ਡਿਉੜੀ, ਅਕਾਲ ਤਖ਼ਤ ਸਾਹਿਬ ਦੇ ਸਨਮੁਖ, ਉੱਥੇ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਸੀਨੀਅਰ ਆਗੂ ਡਾਕਟਰ ਭਗਵਾਨ ਸਿੰਘ ਜੀ, ਪ੍ਰਿੰਸੀਪਲ ਮਹਿੰਦਰ ਸਿੰਘ ਧਾਰੀਵਾਲ, ਜਹੇਦਾਰ ਜਗਦੇਵ ਸਿੰਘ ਤਲਵੰਡੀ ਦਾ ਭਤੀਜਾ ਚਰਨ ਸਿੰਘ, ਚਰਨਜੀਤ ਸਿੰਘ ਤਲਵੰਡੀ, ਉਹਨਾਂ ਦੇ ਕੋਲ ਇਹ ਜਿਹੜੇ ਆ ਸਾਰੇ ਮੋਰਚੇ ਸੀ, ਇੱਥੋਂ ਭਾਰਤੀ ਫੌਜ ਨੂੰ ਵੱਡੀ ਲੜਾਈ ਦੇ ਰਹੇ ਸਨ। ਜੋ ਸਵਾਲ ਆਪ ਜੀ ਨੇ ਪੁੱਛਿਆ ਕਿ ਖੜੇ ਗਏ ਕਿਵੇਂ ਤੁਹਾਡੇ ਨਾਲ ਬੀਤੀ, ਮੈਂ ਹੁਣ ਉਸ ਪਾਸੇ ਆ ਰਿਹਾ। ਹਾਂਜੀ, ਭਾਰਤਿੰਦਰ ਸਿੰਘ ਸੰਧੂ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਾਕੀ ਸਭ ਆਗੂਆਂ ਨੇ, ਜਿਨ੍ਹਾਂ ਵਿੱਚ ਸਰਦਾਰ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਵਿਰਸਾ ਸਿੰਘ ਵਲਟੋਵਾ, ਹਰਮਿੰਦਰ ਸਿੰਘ ਗਿੱਲ, ਭਾਈ ਅਮਰੀਕ ਸਿੰਘ ਜੀ ਦੇ ਛੋਟੇ ਭਰਾਤਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਛੋਟੇ ਸਪੁੱਤਰ ਭਾਈ ਮਨਜੀਤ ਸਿੰਘ, ਤੇ ਅਸੀਂ ਸਾਰੇ ਜਿਹੜੇ 20-25 ਆਗੂ ਦੀ ਫੈਡਰੇਸ਼ਨ ਦੇ, ਅਸੀਂ ਇੱਕ ਫੈਸਲਾ ਕੀਤਾ ਕਿ ਅਸੀਂ ਲੜਾਈ ਵੀ ਇਕੱਠਿਆਂ ਲੜੀ ਆ, ਅਸੀਂ ਪੰਥ ਦੀ ਸੇਵਾ ਵੀ ਇਕੱਠਿਆਂ ਕੀਤੀ ਆ, ਤੇ ਅਸੀਂ ਹੁਣ ਸ਼ਹੀਦੀਆਂ ਦਾ ਜਾਮ ਵੀ ਜਿਹੜਾ ਵਾ ਇਕੱਠਿਆਂ ਜਿਹੜਾ ਵਾ ਪੀਣਾ ਵਾ, ਤਾਂ ਉਸ ਵੇਲੇ ਅਸੀਂ ਇਕੱਠੇ ਸ਼ਹੀਦੀਆਂ ਦੇਣ ਦਾ ਜਿਹੜਾ ਵਾ ਫੈਸਲਾ ਕਰ ਲਿਆ। ਜਦੋਂ ਤੋਪਾਂ ਟੈਂਕ ਸਰਦਾਰ ਸਾਹਿਬ ਦੇ ਅੰਦਰ ਆ ਗਏ ਸਨ, ਤੇ ਅੰਨੇ ਵਾਹ ਭਾਰਤੀ ਫੌਜ ਅੰਦਰ ਗੋਲੀਆਂ ਜਿਹੜੀਆਂ ਵਰਾ ਰਹੀ ਸੀ, ਤਾਂ ਉਸ ਵੇਲੇ ਅਸੀਂ ਇੱਕ ਕਮਰੇ ਨੂੰ ਇੱਕ ਮੋਰਚਾ ਬਣਾ ਲਿਆ। ਉਹ ਮੋਰਚਾ ਅਸੀਂ ਉਹ ਬਣਾਇਆ ਜਿੱਥੇ ਜਿਸ ਨੂੰ ਪੁਰਾਣੇ ਸਮੇਂ ਦੇ ਵਿੱਚ ਮਾਸਟਰ ਤਾਰਾ ਸਿੰਘ ਲੰਗਰ ਹਾਲ ਕਿਹਾ ਜਾਂਦਾ ਸੀ, ਉਸ ਨੂੰ VIP ਲੰਗਰ ਕਿਹਾ ਜਾਂਦਾ ਸੀ, ਤੇ ਉਸ ਕੰਮ ਉੱਥੇ
ਗੁਰੂ ਰਾਮਦਾਸ ਸਰਾਂ ਦੇ ਬਿਲਕੁਲ ਬੈਕ ਸਾਈਡ ਤੇ ਉਹਨਾਂ ਦੇ ਦਰਵਾਜ਼ੇ ਜਿਹੜਾ ਸਮੁੰਦਰੀ ਹਾਲ ਵਾਲੇ ਪਾਸੇ ਜਿਹੜਾ ਖੁੱਲਦੇ ਸਨ ਸਰਾਂ ਦੇ ਉਹਨਾਂ ਕਮਰਿਆਂ ਬੈਕ ਸਾਈਡ ਠੀਕ ਹੈ ਤੇ ਇੱਕ ਸਰਾਂ ਦੇ ਵਿੱਚੋਂ ਕੰਧ ਪਾੜ ਕੇ ਗੁਰੂ ਨਾਨਕ ਨਿਵਾਸ ਵਾਲੇ ਪਾਸਿਓ ਅਸੀਂ ਰਸਤਾ ਬਣਾਇਆ ਹੋਇਆ ਸੀ। ਅਸੀਂ ਸਾਰੇ ਸਿੰਘਾਂ ਨੇ ਉਸ ਕਮਰੇ ਵਿੱਚ ਮੋਰਚਾ ਬਣਾ ਕੇ ਉਸ ਕਮਰੇ ਨੂੰ ਮੋਰਚਾ ਸਮਝ ਕੇ ਉੱਥੇ ਆਪਣੀਆਂ ਪੁਜੀਸ਼ਨਾਂ ਲੈ ਰਹੀਆਂ। ਪਰ ਜਦੋਂ ਭਾਰਤੀ ਫੌਜ ਆਉਂਦੀ ਆ ਤੇ ਉਹ ਅੰਨੇ ਵਾਹ ਜਿਹੜਾ ਵਾ ਉਹ ਸਾਰੇ ਦਰਵਾਜ਼ਿਆਂ ਦੇ ਬਾਹਰੋਂ ਜਿਹੜਾ ਵਾ ਅਰਲ ਲਾ ਦਿੰਦੀ ਆ। ਹੁਣ ਭਾਰਤੀ ਫੌਜ ਨੇ ਸਾਡੇ ਉਸ ਕਮਰੇ ਦੇ ਦਰਵਾਜ਼ੇ ਦਾ ਬਈ ਬਾਹਰੋਂ ਜਿਹੜਾ ਵਾ ਅਰਲ ਲਾ ਤਾ। ਅਸੀਂ ਅੰਦਰ ਦੇ ਅੰਦਰ ਜਿਹੜੇ ਆ ਭਾਈ ਹਰਮਿੰਦਰ ਸਿੰਘ ਖੰਧੂ ਸਮੇਤ ਸਾਰੇ ਫੈਡਰੇਸ਼ਨ ਆਗੂ ਜਿਹੜੇ ਆ ਅੰਦਰ ਦੇ ਅੰਦਰ ਜਿਹੜੇ ਆ ਚੱਕੇ ਗਏ। ਹੁਣ ਭਾਰਤੀ ਫੌਜ ਨੂੰ ਇਹ ਨਹੀਂ ਸੀ ਕਿ ਅਸੀਂ ਜਿਹੜੇ ਆ ਇੱਥੇ ਸਾਰੇ ਲੜਨ ਮਰਨ ਵਾਲੇ ਜਿਹੜੇ ਆ ਫੈਡਰੇਸ਼ਨ ਆਗੂ ਜਾਂ ਸਿੰਘ ਜਿਹੜੇ ਆ ਇੱਥੇ ਬੈਠੇ ਹੋਏ ਆ। ਹੁਣ ਹੋਇਆ ਇਸ ਤਰ੍ਹਾਂ ਕਿ ਸਾਰੀ ਰਾਤ ਉਧਰਲੇ ਪਾਸੇ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਵੀ ਲੜਾਈ ਚੱਲਦੀ ਰਹੀ, ਹਰਿਮੰਦਰ ਸਾਹਿਬ ਵਾਲੇ ਪਾਸੇ ਵੀ ਲੜਾਈ ਚੱਲਦੀ ਰਹੀ ਤਾਂ ਹਨੇਰੇ 4 ਵਜੇ ਦੇ ਕਰੀਬ ਭਾਰਤੀ ਫੌਜ ਨੇ ਸਾਡੇ ਉਹ 4 ਜਿਹੜੇ 5 ਕਮਰੇ ਸੀ ਉਹਨਾਂ ਦੇ ਸਾਹਮਣੇ ਇੱਕ ਬਰਾਂਡਾ ਸੀ ਅਗਲੇ ਪਾਸੇ। ਕੁਝ ਯਾਤਰੂ ਗੁਰੂ ਨਾਨਕ ਨਿਵਾਸ ਵਾਲੇ ਪਾਸਿਓਂ ਸਮੁੰਦਰੀ ਹਾਲ ਵਾਲੇ ਪਾਸਿਓਂ ਉਸ ਮੇਰਾ ਖਿਆਲ ਸਰਾਂ ਦੇ ਵਿੱਚੋਂ ਫੜ ਕੇ ਤੇ ਉਹਨਾਂ ਉਸ ਬਰਾਂਡੇ ਦੇ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤੇ। ਇਹਨਾਂ ਸਿੰਘਾਂ ਦੀ ਗਿਣਤੀ ਸਿੰਘਣੀਆਂ ਬੀਬੀਆਂ ਪਚੰਗੀਆਂ ਪਚੰਗਣਾ ਦੀ ਜੋ ਗਿਣਤੀ ਸੀ ਮੇਰਾ ਖਿਆਲ ਆ 250 ਦੇ ਕਰੀਬ ਸੀ। ਜਦੋਂ ਇਹ ਸਾਡੇ ਬਰਾਂਡਿਆਂ ਦੇ ਅੱਗੇ ਬੈਠ ਗਈ ਇਹ ਸੰਗਤ ਜਿਹਨਾਂ ਨੂੰ ਫੌਜ ਨੇ ਸਮਝਿਆ ਵੀ ਅਸੀਂ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਮੈਨੂੰ ਸਰਦਾਰ ਹਰਮਿੰਦਰ ਸਿੰਘ ਸੰਧੂ ਇਹ ਗੱਲ ਕਹਿਣ ਲੱਗੇ ਕਿ ਮੈਨੂੰ ਉਸ ਵੇਲੇ ਡਾਕਟਰ ਦੇ ਨਾਮ ਦੇ ਨਾਲ ਜਿਹੜਾ ਵਾ ਜਾਣਿਆ ਜਾਂਦਾ ਸੀ। ਮੈਨੂੰ ਕਹਿਣ ਲੱਗੇ ਡਾਕਟਰ ਤੂੰ ਮੈਂ ਬਿਲਕੁਲ ਬਾਰੀ ਦੇ ਨਾਲ ਬੈਠਾ ਸੀ। ਮੈਨੂੰ ਕਹਿਣ ਲੱਗੇ ਡਾਕਟਰ ਬੀਬੀਆਂ ਨੂੰ ਇੱਕ ਗੱਲ ਕਹਿ ਕਿ ਇਹ ਆਪਣਾ ਮੂੰਹ ਪਛਾਹ ਨਾ ਕਰਨ ਤੇ ਆਪਣੀ ਬਾਂਹ ਪਛਾਹ ਨੂੰ ਕਰਕੇ ਤੇ ਸਾਡੇ ਦਰਵਾਜ਼ੇ ਦਾ ਜਿਹੜਾ ਕਮਰੇ ਦਾ ਅਰਲ ਜਿਹੜਾ ਵਾ ਇਹ ਖੋਲ ਦੇਣ। ਤਾਂ ਮੈਂ ਹੌਲੀ ਆਵਾਜ਼ ਦੇ ਵਿੱਚ ਜੋ ਬੀਬੀਆਂ ਸਾਡੇ ਦਰਵਾਜ਼ੇ ਦੇ ਅੱਗੇ ਬੈਠੀਆਂ ਸਨ ਮੈਂ ਕਿਹਾ ਭੈਣ ਜੀ ਤੁਸੀਂ ਮੂੰਹ ਪਿੱਛੇ ਨੂੰ ਨਾ ਕਰਿਓ ਤੇ ਬਾਂਹ ਪਿੱਛੇ ਨੂੰ ਕਰਕੇ ਸਾਡਾ ਜਿਹੜਾ ਵਾ ਅਰਲ ਤੁਸੀਂ ਖੋਲ ਦਿਓ। ਤਾਂ ਉਹਨਾਂ ਭੈਣਾਂ ਨੇ ਚੁੱਪ ਕਰਕੇ ਉਹ ਅਰਲ ਖੋਲ ਦਿੱਤਾ। ਅਸੀਂ ਥੋੜਾ ਜਿਹਾ ਬੂਹਾ ਖੋਲ ਕੇ ਕੱਲਾ ਕੱਲਾ ਸਿੰਘ ਅਸੀਂ ਜਿਹੜਾ ਵਾ ਉਸ ਵੇਲੇ ਉਹ 250 ਸਿੰਘਾਂ ਦੇ ਵਿੱਚ ਅਸੀਂ ਜਿਹੜਾ ਵਾ ਰਲ ਕੇ ਜਿਹੜਾ ਵਾ ਮਿਕਸ ਹੋ ਕੇ ਜਿਹੜਾ ਵਾ ਬੈਠ ਕੇ ਕਿਉਂਕਿ ਭਾਰਤੀ ਫੌਜ ਵੀ ਉਸ ਵੇਲੇ ਜਿਹੜੀ ਆ ਨੀਂਦਰੇ ਦੇ ਵਿੱਚ ਜਿਹੜੀ ਆ ਮਾਰੀ ਬੈਠੀ ਸੀ। ਉਹਨਾਂ ਨੇ ਸਾਹਮਣੇ ਮਸ਼ੀਨ ਗੰਨਾਂ ਪੇੜੀਆਂ ਸਨ ਉਹਨਾਂ ਮਸ਼ੀਨ ਗੰਨਾਂ ਤੇ ਉਹ ਜਿਹੜਾ ਵਾ ਨੀਂਦ ਦੇ ਜਿਵੇਂ ਝੂਠੇ ਜਿਹੜਾ ਲੈ ਰਹੇ ਸੀ ਨੀਂਦਰੇ ਦੇ ਕਿਸੇ ਨੂੰ ਨੀ ਪਤਾ ਚੱਲਿਆ ਕਿ ਅਸੀਂ ਅੰਦਰ ਬੈਠੇ ਸਾਂ ਸੰਗਤ ਚ ਕਿਹੜੇ ਵੇਲੇ ਅਸੀਂ ਜਿਹੜਾ ਵਾ ਆਉਣ ਵੜੇ ਹਾਂ ਜਾਂ ਆਪਾਂ ਸੰਗਤ ਦੇ ਵਿੱਚ ਦਾਖਲ ਹੋ ਗਏ ਹਾਂ। ਉਸ ਘਟਨਾ ਦਾ ਕਿਸੇ ਫੌਜ ਨੂੰ ਨਹੀਂ ਆ ਪਤਾ ਲੱਗਾ ਵੀ ਅਸੀਂ ਕਿਵੇਂ ਸੰਗਤ ਦੇ ਵਿੱਚ ਆਪਾਂ ਬੈਠੇ ਹਾਂ ਉਹ ਕਹਾਣੀ ਦਾ ਸਾਨੂੰ ਹੀ ਪਤਾ ਸੀ। ਹੁਣ ਜਦੋਂ 4:30 ਦੇ ਕਰੀਬ ਭਾਰਤੀ ਫੌਜ ਸਮੁੰਦਰੀ ਹਾਲ ਵਾਲੇ ਪਾਸਿਓਂ ਧਰਮਯੁੱਧ ਮੋਰਚੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਹੇਦਾਰ ਗੁਰਚਰਨ ਸਿੰਘ ਟੋਰਾ, ਬਲਵੰਤ ਸਿੰਘ ਵਾਲੀਆ, ਜਹੇਦਾਰ ਦਰਸ਼ਨ ਸਿੰਘ ਈਸਾਪੁਰ, ਸਰਦਾਰ ਅਵਨਾਸੀ ਸਿੰਘ, ਸਰਦਾਰ ਭਾਨ ਸਿੰਘ ਤੇ ਸਰਿੰਦਰ ਦਾ ਮੁੱਖ ਕਾਤਲ ਗੁਰਚਰਨ ਸਕੱਤਰ ਬੱਗਾ ਸਿੰਘ, ਇਹਨਾਂ ਨੂੰ ਭਾਰਤੀ ਫੌਜ ਜਿਹੜਾ ਵਾ ਹੱਥ ਖੜੇ ਕਰਾ ਕੇ ਤੇ ਜਿਹੜਾ ਸਾਡੇ ਸਾਹਮਣੇ ਜਿਹੜਾ ਵਾ ਗ੍ਰਿਫ਼ਤਾਰ ਕਰਕੇ ਜਿਹੜੀ ਆ ਲੈ ਕੇ ਆਈ ਆ।
ਤੇ ਸਾਡੇ ਨਾਲ ਦੇ ਜਿਹੜੇ ਕਮਰੇ, ਇੱਕ ਕਮਰੇ ਦੇ ਵਿੱਚ ਟੌਹਰਾ ਸਾਹਿਬ ਦੀ ਟੀਮ ਨੂੰ ਬਿਠਾਤਾ, ਇੱਕ ਕਮਰੇ ਦੇ ਵਿੱਚ ਲੌਂਗੋਵਾਲ ਸਾਹਿਬ ਦੀ ਟੀਮ ਨੂੰ ਬਿਠਾਤਾ ਗਿਆ। ਹੁਣ ਹੋਇਆ ਇਹ ਕਿ ਉਸ ਵੇਲੇ ਜਦੋਂ ਅਸੀਂ ਪਾਣੀ ਦੀ ਤਿਪ ਤਿਪ ਨੂੰ ਤਰਸ ਰਹੇ ਸੀ, ਤੋਪਾਂ ਟੈਂਕਾਂ ਦੇ ਗੋਲਿਆਂ ਦਾ ਕਹਿਰ ਸੀ, ਗਰਮੀ ਦੀ ਅੱਤ ਗਰਮੀ ਸੀ ਤੇ ਪੂਰਾ ਦਹਿਸ਼ਤ ਦਾ ਤੇ ਗਰਮੀ ਦਾ ਜਿਹੜਾ ਵਾ ਮਾਹੌਲ ਸੀ, ਸਾਹਮਣੇ ਭਰਾ ਸ਼ਹੀਦ ਹੋਏ ਪਏ ਸੀ, ਤਾਂ ਉਸ ਵੇਲੇ ਇਹ ਸਾਡੇ ਕੌਮ ਦੇ ਆਗੂ ਸਾਡੀਆਂ ਅੱਖਾਂ ਦੇ ਸਾਹਮਣੇ ਇਹਨਾਂ ਲੋਕਾਂ ਨੇ ਭਾਰਤੀ ਫੌਜ ਹੱਥੋਂ ਦਹੀਂ ਨਾਲ ਪੂੜੀਆਂ ਖਾਧੀਆਂ ਤੇ ਪਾਣੀ ਇਹਨਾਂ ਪੀਤਾ ਵਾ, ਜਦੋਂ ਕਿ ਅਸੀਂ ਉਸ ਵੇਲੇ ਆਪਣੀਆਂ ਬਨੈਣਾ ਦਾ ਪਸੀਨਾ ਨਿਚੋੜ ਨਿਚੋੜ ਆਪਣਾ ਜਿਹੜਾ ਵਾ ਟਾਈਮ ਜਿਹੜਾ ਵਾ ਕੱਢ ਰਹੇ ਸੀ, ਤੇ ਇੱਥੋਂ ਤੱਕ ਕਿ ਸੰਗਤਾਂ ਨਾਲੀਆਂ ਦੇ ਵਿੱਚੋਂ ਜੋ ਗੰਦੀਆਂ ਨਾਲੀਆਂ ਸਨ ਉਹਦੇ ਵਿੱਚੋਂ ਆਪਣਾ ਹੱਥ ਡੋ ਜੀਭਾਂ ਨੂੰ ਲਾ ਲਾ ਆਪਣਾ ਜਿਹੜਾ ਵਾ ਟਾਈਮ ਕੱਢ ਰਹੀਆਂ ਸਨ। ਕੁਝ ਸੰਗਤਾਂ ਤੇ ਭਚੰਗੀ ਭਚੰਗਣਾ ਸਾਡੇ ਸਾਹਮਣੇ ਪਾਣੀ ਦੀ ਤਿਪ ਤਿਪ ਹੋਣੋ ਹੀ ਜਿਹੜੇ ਆ ਉਹ ਆਪਣਾ ਦਮ ਤੋੜ ਗਏ ਆ। ਠੀਕ ਤੇ 10-11 ਕੁ ਵਜੇ ਦੀ 6 ਜੂਨ ਨੂੰ 11 ਵਜੇ ਸਵੇਰ ਦੀ ਗੱਲ ਆ ਕਿ ਭਾਰਤੀ ਫੌਜ ਨੇ ਜਦੋਂ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਵਾ ਟੌਹਰਾ ਸਾਹਿਬ ਨੂੰ, ਲੌਂਗੋਵਾਲ ਨੂੰ, ਰਾਮੋਵਾਲੀਏ ਨੂੰ, ਤਾਂ ਹੁਣ ਫੌਜ ਦੇ ਜਿਸ ਫੌਜੀ ਅਫਸਰ ਨੇ ਗ੍ਰਿਫ਼ਤਾਰ ਕੀਤਾ ਉਹਦੀ ਯੂਟਿਊਬ ਤੇ ਵੀਡੀਓ ਵੀ ਪਈ ਆ, ਉਹਦੀ ਬਾਈਟ ਵੀ ਪਈ ਆ, ਉਹਨੇ ਆਪਣੀ ਯੂਟਿਊਬ ਤੇ ਇਨਸਾਫ਼ ਕਰਦਾ ਉਹ ਅਫਸਰ ਸਾਨੂੰ ਫੜਨ ਵਾਲਾ, ਕਹਿੰਦਾ ਵੀ ਜਦੋਂ ਟੌਹਰਾ ਸਾਹਿਬ ਤੇ ਲੌਂਗੋਵਾਲ ਤੇ ਰਾਮੋਵਾਲੀਏ ਨੂੰ ਗ੍ਰਿਫ਼ਤਾਰ ਕੀਤਾ ਇਹਨਾਂ ਤਿੰਨਾਂ ਦੀ ਇੱਕ ਬੋਲੀ ਸੀ, ਇਹਨਾਂ ਕਿਹਾ ਰਾਮੋਵਾਲੀਏ ਨੇ ਕਿਹਾ ਵੀ ਲੌਂਗੋਵਾਲ ਤੁਹਾਨੂੰ ਕੱਲਿਆਂ ਮਿਲਣਾ ਚਾਹੁੰਦੇ ਆ, ਤੇ ਫੌਜੀ ਅਫਸਰ ਨੇ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਮਿਲ ਲਓ। ਜਦੋਂ ਲੌਂਗੋਵਾਲ ਉਸ ਫੌਜੀ ਅਫਸਰ ਨੂੰ ਮਿਲਦਾ ਤੇ ਉਹ ਫੌਜੀ ਅਫਸਰ ਨੂੰ ਕੀ ਕਹਿੰਦਾ, ਇਹ ਪੁੱਛਦਾ ਕਿ ਭਿੰਡਰਾਂ ਵਾਲਾ ਹੈਗਾ ਕਿ ਮਰ ਗਿਆ, ਇਹੋ ਗੱਲ ਕਹੀ ਆ ਉਹ ਹੈਗਾ ਕਿ ਮਰ ਗਿਆ, ਇਹੋ ਗੱਲ ਟੌਹਰਾ ਸਾਹਿਬ ਨੇ ਫੌਜ ਦੇ ਅਫਸਰਾਂ ਨੂੰ ਜਿਹੜੀ ਆ ਪੁੱਛੀ ਆ। ਇਹਨਾਂ ਇਹ ਨੀ ਪੁੱਛਿਆ ਕਿ ਹਰਿਮੰਦਰ ਸਾਹਿਬ ਦਾ ਤੁਸੀਂ ਨੁਕਸਾਨ ਕਿਉਂ ਕੀਤਾ, ਸੰਗਤਾਂ ਸ਼ਹੀਦ ਕਿਉਂ ਕੀਤੀਆਂ ਨੇ, ਇਹਨਾਂ ਨੂੰ ਤੇ ਬਸ ਇੱਕ ਹੀ ਖੁਸ਼ੀ ਚੜੀ ਸੀ, ਇਹ ਹੀ ਖ਼ਬਰ ਇਹ ਉਡੀਕ ਰਹੇ ਸੀ ਕਿ ਸੰਤ ਭਿੰਡਰਾਂ ਵਾਲਾ ਖਤਮ ਹੋਇਆ ਕਿ ਨਹੀਂ ਹੋਇਆ। ਹੁਣ ਠੀਕ ਆ ਇਹਨਾਂ ਦੀ ਗੱਲ ਕਰ ਲਈਏ, 11 ਕੁ ਵਜੇ ਦੀ ਘਟਨਾ ਇੱਕ ਹੋਰ ਆ ਜਦੋਂ ਅਸੀਂ ਜਦੋਂ ਗ੍ਰਿਫ਼ਤਾਰ ਕੀਤੇ ਹੋਏ ਸੀ ਕਿ ਭਾਰਤੀ ਫੌਜ ਨੇ ਹਰਿਮੰਦਰ ਸਿੰਘ ਸੰਧੂ ਨੂੰ ਖੜਾ ਕਰ ਲਿਆ। ਅੰਗਰੇਜ਼ੀ 'ਚ ਉਸ ਫੌਜ ਦੇ ਅਫਸਰ ਨੇ ਪੁੱਛਿਆ ਕਿ ਤੁਸੀਂ ਸਰਦਾਰ ਹਰਿਮੰਦਰ ਸਿੰਘ ਸੰਧੂ ਹੋ, ਤਾਂ ਉਸ ਤੇਜ਼ ਤਰਾਰ ਦਿਮਾਗ ਨੇ ਪੈਂਤੜੇ ਬਾਜ਼ੀ ਵਜੋਂ ਆਪਣੀ ਨੀਤੀ ਸਮੇਂ ਦੀ ਨੀਤੀ ਵਜੋਂ ਕੰਮ ਲੈਂਦਿਆਂ ਉਹਨੇ ਕਿਹਾ ਮੈਂ ਸਰਦਾਰ ਹਰਿਮੰਦਰ ਸਿੰਘ ਸੰਧੂ ਨਹੀਂ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਸਪੈਕਟਰ ਸਰਦਾਰ ਸਤਵੰਤ ਸਿੰਘ ਸੰਧੂ ਹਾਂ, ਜੇ ਮੇਰੇ ਤੇ ਵਿਸ਼ਵਾਸ ਨਹੀਂ ਤੇ ਸਾਹਮਣੇ ਪ੍ਰਧਾਨ ਸਾਹਿਬ ਬੈਠੇ ਨੇ ਇਹਨਾਂ ਨੂੰ ਪੁੱਛ ਲਓ। ਤਾਂ ਟੌਹਰਾ ਸਾਹਿਬ ਦੇਖੋ ਜਿਹੜੀ ਚੰਗੀ ਗੱਲ ਆ ਅਸੀਂ ਕਹਾਂਗੇ, ਉਸ ਵੇਲੇ ਮੈਨੂੰ ਵੀ ਖੜੇ ਕੀਤਾ, ਅਮਰਜੀਤ ਸਿੰਘ ਚਾਵਲਾ ਨੂੰ ਵੀ ਖੜੇ ਕੀਤਾ ਵਾ, ਭਾਈ ਜਗਰਾਜ ਸਿੰਘ ਨੂੰ ਵੀ ਖੜੇ ਕੀਤਾ, ਅਸੀਂ ਉਸ ਵੇਲੇ ਇਹ ਗੱਲ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਕਲਰਕ ਆ। ਉਸ ਵੇਲੇ ਟੌਹਰਾ ਸਾਹਿਬ ਨੇ ਸਾਡੀ ਜਾਣਕਾਰੀ ਲਈ ਆ ਕਿ ਮੇਰੇ ਸਾਰੇ ਮੁਲਾਜ਼ਮ ਇਹਨਾਂ ਨੂੰ ਕੁਛ ਨਾ ਕਿਹਾ ਗਿਆ ਜਾਵੇ, ਉਸ ਵੇਲੇ ਟੌਹਰਾ ਸਾਹਿਬ ਕਰਕੇ ਸਾਡਾ ਬਚਾਅ ਹੋ ਗਿਆ, ਪਰ ਲੌਂਗੋਵਾਲ ਦੀ ਟੀਮ ਵੱਲੋਂ ਸਾਨੂੰ ਜਿਹੜਾ ਵਾ ਮਰਵਾਉਣ ਦੀ ਕਸਰ ਜਿਹੜੀ ਆ ਕੋਈ ਬਾਕੀ ਛੱਡੀ ਨਹੀਂ ਗਈ। ਉਹਨਾਂ ਫੌਜ ਵੱਲ ਇਸ਼ਾਰੇ ਕਰ ਕਰ ਇਹ ਗੱਲ ਕਹੀ ਆ ਕਿ ਫੌਜ ਨਾਲ ਲੜਨ ਵਾਲੇ
ਤੇ ਮਰਵਾਉਣ ਵਾਲੇ ਬੰਦੇ ਤੇ ਸਾਰੇ ਆ ਬੈਠੇ ਆ ਤੇ ਤੁਸੀਂ ਕਿਹਨੂੰ ਮਾਰਿਆ ਵਾ, ਕਿਹਨੂੰ ਲੋਕਾਂ ਨੂੰ ਤੁਸੀਂ ਜਿਹੜਾ ਵਾ ਸ਼ਹੀਦ ਕੀਤਾ ਵਾ, ਇਹ ਸਾਰੇ ਤੇ ਜਿੰਦਾ ਤੁਰੇ ਫਿਰਦੇ ਆ, ਇਹ ਗੱਲ ਉਸ ਮੌਕੇ ਦੀ ਜਿਹੜੀ ਆ। ਫਿਰ ਸਭ ਤੋਂ ਵੱਡੀ ਗੱਲ ਭਾਈ ਸਾਹਿਬ ਇਹ ਆ ਕਿ ਬਲਵੰਤ ਸਿੰਘ ਰਾਮੂ ਵਾਲੀਏ ਨੇ ਸਾਡੇ ਗ੍ਰਿਫਤਾਰ ਹੋਏ ਸਿੰਘਾਂ ਦੇ ਵਿੱਚ ਲੈਕਚਰ ਦਿੱਤਾ ਵਾ, ਜਿਵੇਂ ਮੰਜੀ ਸਾਹਿਬ ਸਟੇਜ ਹਾਲ ਤੇ ਦਿਆ ਕਰਦਾ ਸੀ ਕਿ ਸਿੰਘ ਹੁਣ ਤੁਸੀਂ ਗੁਰੀ ਵਾਂਗ ਮਹੂਜ, ਮੈਨੂੰ ਉਹਦੇ ਇਹ ਲੈਣ ਜਾ ਦਿਆ ਝਾੜਿਆ। ਇਸ ਤੋਂ ਵੀ ਅਗਲੀ ਗੱਲ ਕਿ ਬਲਵੰਤ ਸਿੰਘ ਰਾਮੂ ਵਾਲੀਆ ਸਾਡੇ ਨਾਲ ਫੜਿਆ ਗਿਆ ਹੋਵੇ, ਉਹਨੂੰ ਇੱਕ ਦਿਨ ਦੀ ਸਜ਼ਾ ਨੀ ਹੋਈ, ਇੱਕ ਦਿਨ ਦੀ ਜੇਲ੍ਹ ਨੀ ਹੋਈ, ਇੱਕ ਦਿਨ ਦੀ ਗੱਲ ਛੱਡੋ, ਇੱਕ ਘੰਟਾ, ਇੱਕ ਮਿੰਟ, ਇੱਕ ਸਕਿੰਟ ਵੀ ਉਹ ਬੰਦਾ ਜਿਹੜਾ ਵਾ ਕਿਤੇ ਨਾ ਫੌਜੀ ਕੈਂਪਾਂ ਚ ਰਿਹਾ ਨਾ ਕਿਸੇ ਜੇਲ੍ਹ ਚ ਰਿਹਾ। ਉਸ ਬਲਵੰਤ ਸਿੰਘ ਰਾਮੂ ਵਾਲੀਏ ਬਾਰੇ ਆਪਾਂ ਫਿਰ ਆਪਾਂ ਹੁਣ ਕੀ ਕਵਾਂਗੇ, ਉਹ ਮੇਰੇ ਤੋਂ ਵੱਧ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜਾ ਵਾ ਭਲੀ ਭਾਂਤ ਜਾਣਦੀਆਂ ਨੇ, ਜਾਂ ਇਤਿਹਾਸ ਫੈਸਲਾ ਕਰੂਗਾ ਕਿ ਇਸ ਲੜਾਈ ਦੇ ਵਿੱਚ ਕਿਹੜੇ ਕਿਹੜੇ ਬੰਦੇ ਨਾਇਕ ਸਨ ਤੇ ਕਿਹੜੇ ਕਿਹੜੇ ਖਲਨਾਇਕ ਸਨ, ਕਿਹੜੇ ਕਿਹੜੇ ਪਹਾੜੀ ਰਾਜੇ ਸਨ, ਕਿਹੜੇ ਕਿਹੜੇ ਧਿਆਨ ਸਿੰਘ ਡੋਗਰੇ ਸਨ। ਇਹਦਾ ਫੈਸਲਾ ਮੈਂ ਨਹੀਂ, ਇਹਦਾ ਫੈਸਲਾ ਸੰਗਤਾਂ ਤੇ ਇਤਿਹਾਸ ਕਰੇਗਾ। ਮਨਜੀਤ ਸਿੰਘ ਜੀ, ਬਹੁਤ ਤੁਸੀਂ ਬਹੁਤ ਜ਼ਿਆਦਾ ਜਾਣਕਾਰੀ ਅੱਜ ਦਿੱਤੀ ਹੈ, ਜਿਹਦੀ ਜਾਣਕਾਰੀ ਸ਼ਾਇਦ ਮੈਨੂੰ ਆਪ ਨੂੰ ਵੀ ਨਹੀਂ ਸੀ, ਹੋਰ ਸੰਗਤਾਂ ਨੂੰ ਵੀ ਨਹੀਂ ਗੀ। ਆਵਾਜ਼ ਕੋਮ ਟੀਵੀ ਰਾਹੀਂ ਤੁਸੀਂ ਬਹੁਤ, ਆਪਾਂ ਨੂੰ ਟਾਈਮ ਵੀ ਕਾਫੀ ਹੋ ਗਿਆ, ਤੁਸੀਂ ਥਕਾਵਟ ਵੀ ਮਹਿਸੂਸ ਕਰ ਰਹੇ ਹੋ, ਪਰ ਇੱਕ ਗੱਲ ਮੈਂ ਆਖਰੀ ਸਵਾਲ ਇਹ ਪੁੱਛਣਾ ਚਾਹੁੰਦਾ, ਜਿੱਦਾਂ ਬਿਰਸਾ ਸਿੰਘ ਬੰਟੋਆ, ਅਮਰਜੀਤ ਸਿੰਘ ਚਾਵਲਾ, ਤੁਸੀਂ ਆ ਰਜਿੰਦਰ ਸਿੰਘ ਮਹਿਤਾ, ਇਹਨਾਂ ਤੇ ਵੀ ਇਲਜ਼ਾਮ ਲੱਗਦੇ ਰਹੇ ਆ ਕਿ ਹੱਥ ਖੜੇ ਕਰਕੇ ਦਰਬਾਰ ਸਾਹਿਬ ਚੋਂ ਬਾਹਰ ਨਿਕਲ ਗਏ ਤੇ ਇਹਨਾਂ ਨੇ ਵੀ ਕੌਮ ਦੇ ਨਾਲ ਗਿੱਦਾਰੀ ਕੀਤੀ ਆ, ਜਿੱਦਾਂ ਤੁਸੀਂ ਰਾਮੂ ਵਾਲੀ ਦੀ ਗੱਲ ਕਰ ਰਹੇ। ਦੇਖੋ ਭਾਈ ਸਾਹਿਬ, ਸਾਡੀ ਕੌਮ ਮਰਿਆਂ ਨੂੰ ਪੂਜਦੀ ਆ ਤੇ ਜਿਉਂਦਿਆਂ ਨੂੰ ਇਹ ਜਿਹੜੀ ਆ ਗਾਲਾਂ ਕੱਢਦੀ ਆ, ਜਿਉਂਦਿਆਂ ਨੂੰ ਇਹ ਨੁਕਤਾ ਚੀਨੀ ਕਰਦੀ, ਜਿਉਂਦਿਆਂ ਦੇ ਗਾਲੇ ਜੁੱਤੀਆਂ ਦੇ ਹਾਰ ਹੀ ਪਾਉਂਦੀ ਆ ਸਾਡੀ ਕੌਮ, ਇਹ ਮਰਿਆਂ ਦੀਆਂ ਮੜੀਆਂ ਹੀ ਪੂਜਦੀ ਆ। ਵੇਖੋ ਜੇ ਲੜਾਈ ਆਰ ਐਨ ਡੀ ਇੱਕ ਸਟੂਡੈਂਟ ਫੈਡਰੇਸ਼ਨ ਨੇ ਨੀ ਲੜੀ ਤੇ ਆ ਇਹ ਲੜਾਈ ਫਿਰ ਉਹਨਾਂ ਦੇ ਜਿਹੜੇ ਆ ਮਾਂ ਬਾਪਾਂ ਨੇ ਲੜੀ ਆ ਜਿਹੜੇ ਨੁਕਤਾ ਚੀਨੀ ਕਰਦੇ ਆ। ਕਹਾਣੀ ਮੈਂ ਤੁਹਾਨੂੰ ਸੱਚੀ ਦੱਸ ਦਿੱਤੀ ਆ ਕਿ ਜਿੱਦਾਂ ਅਸੀਂ ਫੜੇ ਗਏ ਆ, ਜਿੱਦਾਂ ਜਿੱਦਾਂ ਲੜੇ ਆ, ਨਾ ਅਸੀਂ ਕਿਸੇ ਅੱਗੇ ਸਿਲੰਡਰ ਕੀਤੇ, ਅਸੀਂ ਅਚਾਨਕ ਹੀ ਇਹ ਜਿਹੜੀ ਘਟਨਾ ਇੱਕ ਵਾਪਰੀ ਆ, ਅਸੀਂ ਤਾਂ ਸ਼ਹੀਦੀਆਂ ਦੇਣ ਦੀ ਉਹ ਮੋਰਚਾ ਇੱਕ ਕਮਰੇ ਦਾ ਬਣਾਇਆ ਸੀ ਵੀ ਇੱਥੇ ਦੇਣ, ਉਹ ਸਾਡੇ ਅਰਲ ਲੱਗਣ ਕਰਕੇ ਉਹ ਸਾਡੀਆਂ ਗ੍ਰਿਫਤਾਰੀਆਂ ਹੋ ਗਈਆਂ, ਨਹੀਂ ਤੇ ਅਸੀਂ ਫੌਜ ਦੇ ਨਾਲ ਲੜ ਕੇ ਇਕੱਠਿਆਂ ਨੇ ਉੱਥੇ ਜਿਹੜੀਆਂ ਸ਼ਹੀਦੀਆਂ ਦੇਣੀਆਂ ਸੀ। ਅਸਲੀਅਤ ਇਹ ਆ, ਇਸ ਤੋਂ ਵੀ ਅੱਗੇ ਹੁਣ ਵੇਖੋ, ਇੱਕ ਇੱਕ ਮਿੰਟ ਮੈਨੂੰ ਦਿਓ, ਹੁਣ ਵੇਖੋ ਬੱਬਰ ਖਾਲਸਾ ਤਰੀਕ ਨੂੰ ਵੀ ਲੜਦਾ, ਇੱਕ ਜੂਨ ਨੂੰ ਵੀ ਲੜਦਾ, ਪੰਜ ਨੂੰ ਵੀ ਲੜਦਾ, ਪਰ ਪੰਜ ਤੇ ਛੇ ਜੂਨ ਦੀ ਕੁਰਬਾਨੀ ਰਾਤ ਨੂੰ ਉਹ ਬੱਬਰ ਖਾਲਸਾ ਵਾਲੇ ਜਿਹੜਾ ਵਾ ਗੁਰੂ ਨਾਨਕ ਦਵਾਸ ਚੋਂ ਨਿਕਲ ਜਾਂਦੇ ਆ, ਉਹਨਾਂ ਬਾਰੇ ਆਪਾਂ ਕੀ ਕਵਾਂਗੇ, ਉਹਨਾਂ ਨੂੰ ਆਪਾਂ ਗਦਾਰ ਕਵਾਂਗੇ? ਨਹੀਂ, ਉਹਨਾਂ ਲੋਕਾਂ ਨੇ, ਉਹਨਾਂ ਸਿੰਘਾਂ ਨੇ, ਉਹਨਾਂ ਕੌਮ ਦੇ ਜਰਨੈਲਾਂ ਨੇ, ਉਹਨਾਂ ਦੀ ਵੀ ਪਿੱਠ ਸੁਣਦੀ ਆ, ਉਹਨਾਂ ਵੀ ਕੌਮ ਦੀ ਸੇਵਾ ਕੀਤੀ ਆ, ਉਹਨਾਂ ਵੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਦਿਆਂ ਆਖਰੀ ਸਮੇਂ ਤੱਕ ਫੌਜ ਨਾਲ ਜਿਹੜੀ ਆ ਉਹਨਾਂ ਟੱਕਰ ਲਈ ਆ। ਸਾਡਾ ਅੱਜ ਉਹਨਾਂ ਅੱਗੇ ਵੀ ਸਿਰ ਝੁਕਦਾ, ਅਸੀਂ ਉਹਨਾਂ ਬੱਬਰ ਖਾਲਸਾ ਨੂੰ ਵੀ ਸਲੂਟ ਕਰਦੇ ਹਾਂ। ਇਹ ਨੁਕਤਾਚੀਨੀ ਕਰਨ ਵਾਲੇ ਜੋ ਮਰਜ਼ੀ ਕਰੀ ਜਾਣ, ਸੋ ਜੋ ਸਮੇਂ ਦਾ ਸੱਚ ਆ, ਜੋ ਦਰਬਾਰ ਸਾਹਿਬ ਦੀ ਲੜਾਈ ਦਾ ਸੱਚ ਆ, ਜੋ ਅੱਖੀਂ ਡਿੱਠਾ ਸੱਚ ਆ, ਕੋਈ ਸੁਣੀਆਂ ਸੁਣਾਈਆਂ ਕਹਾਣੀਆਂ ਨਹੀਂ, ਕੋਈ ਘੜੀਆਂ ਘੜਾਈਆਂ ਕਹਾਣੀਆਂ ਨਹੀਂ, ਸੱਚੀ ਕਹਾਣੀ, ਸੱਚਾ ਸੰਤਾਪ ਜੋ ਅਸੀਂ ਆਪਣੇ ਪਿੰਡੇ ਤੇ ਹੰਢਾਇਆ ਵਾ, ਉਹ ਮੈਂ ਸੰਗਤ ਨਾਲ
ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਆਪ ਜੀ ਨਾਲ ਸਾਂਝਾ ਕੀਤਾ ਵਾ। ਗੁਰੂ ਸਨਮੁੱਖ ਆ, ਜੇ ਮੈਂ ਇੱਕ ਵੀ ਗੱਲ ਕੋਈ ਘੁੰਮ ਘੁਮਾ ਕੇ ਕੀਤੀ ਹੋਵੇ ਜਾਂ ਕਹਾਣੀ ਪਾ ਕੇ ਕੀਤੀ ਹੋਵੇ ਤੇ ਮੈਂ ਗੁਰੂ ਦਾ ਵੀ ਦੇਣਦਾਰ ਆ। ਇਸ ਤੋਂ ਵੱਡੀ ਗੱਲ ਮੈਂ ਹੋਰ ਕੋਈ ਕਹਿ ਨਹੀਂ ਸਕਦਾ। ਬੱਬਰ ਖਾਲਸਾ ਨੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ, ਦਮਦਮੀ ਟਕਸਾਲ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਭਾਈ ਅਮਰੀਕ ਸਿੰਘ ਜੀ ਨੇ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਫੌਜ ਨਾਲ ਜਿਹੜੀ ਆ ਵੱਡੀ ਲੜਾਈ ਲੜੀ ਆ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖੀ ਆ। ਇਹਨਾਂ ਕੁਝ ਕਹਿੰਦਾ ਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਸੰਗਤਾਂ ਤੋਂ ਵਾਜੇ ਕੌਮ ਟੀਵੀ ਦਾ, ਵਾਜੇ ਕੌਮ ਅਖਬਾਰ ਦਾ, ਵਾਜੇ ਕੌਮ ਪ੍ਰਬੰਧਕਾਂ ਦਾ, ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਕਿ ਇਸ ਨਿਮਾਣੇ ਸੇਵਕ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਾਹਮਣੇ ਸੱਚ ਬੋਲਣ ਲਈ ਮੈਨੂੰ ਜਿਹੜਾ ਵਾ ਸਮਾਂ ਦਿੱਤਾ ਵਾ। ਮੈਂ ਵਾਜੇ ਆਖਰੀ ਸਵਾਲ, ਛੋਟਾ ਜਿਹਾ ਸਵਾਲ ਹੈ ਇੱਕ ਆਖਰੀ, ਕਿ 34 ਸਾਲ ਬੀਤ ਜਾਣ ਬਾਅਦ ਜੋ ਤੁਸੀਂ ਕੁਰਬਾਨੀ ਕੀਤੀ ਆ, ਜਿਹੜਾ ਮੋਰਚਾ ਸੰਤਾਂ ਦੇ ਸ਼ੁਰੂ ਕੀਤਾ ਸੀ, ਇਹਦੇ ਬਾਰੇ ਤੁਹਾਡੇ ਮਨ ਦੇ ਵਿੱਚ ਏਦਾਂ ਤਾਂ ਨਹੀਂ ਕਦੀ ਹੋਇਆ ਕਿ ਮੈਂ ਬਹੁਤ ਆਪਣਾ ਨੁਕਸਾਨ ਕਰਾ ਲਿਆ, ਜਾਂ ਜਿਹੜੇ ਸਿੰਘ ਉਸ ਵੇਲੇ ਜੂਝੇ ਸੀ ਤੇ ਅੱਜ ਵੀ ਜੂਝ ਰਹੇ ਆ, ਵੀ ਇਹਨਾਂ ਨੇ ਬਹੁਤ ਨੁਕਸਾਨ ਕਰਾ ਲਿਆ ਆਪਣਾ ਜ਼ਿੰਦਗੀ ਦਾ ਜਾਂ ਆਪਣੇ ਪਰਿਵਾਰਾਂ ਦਾ, ਏਦਾਂ ਦਾ ਕੋਈ ਇਤਰਾਜ਼ ਤਾਂ ਨਹੀਂ ਕੌਮ ਦੇ ਉੱਪਰ ਜਾਂ ਸਿੱਖਾਂ ਦੇ ਉੱਪਰ? ਉਹ ਭਾਈ ਸਾਹਿਬ ਸਾਡੇ ਮਹਾਨ ਲੀਡਰ, ਸਿੱਖ ਕੌਮ ਦੇ ਰਹਿਬਰ, ਸਿੱਖ ਕੌਮ ਦੀ ਰੂਹੇ ਮਰਦੇ ਮਜਾਦ, ਕਹਿਣੀ ਕਥਨੀ ਦੇ ਸੂਰੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਟੰਕੇ ਦੀ ਚੋਟ ਤੇ ਸਾਨੂੰ ਇੱਕ ਗੱਲ ਕਹੀ ਸੀ ਕਿ ਭਾਈ ਮੇਰੇ ਨਾਲ ਉਹ ਤੁਰਿਓ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮਣੇ ਆ, ਸ਼ਹਾਦਤਾਂ ਪ੍ਰਾਪਤ ਕਰਨੀਆਂ ਨੇ, ਜੇਲ੍ਹਾਂ ਕੱਟਣੀਆਂ ਨੇ, ਕਾਲ ਕੋਠੜੀਆਂ ਦੇ ਵਿੱਚ ਕੈਦ ਹੋਣਾ ਵਾ, ਮੇਰੇ ਨਾਲ ਉਹ ਸਿੰਘ ਤੁਰਿਓ। ਇੱਧਰਲੇ ਪਾਸੇ ਕੋਈ ਚੇਅਰਮੈਨੀਆਂ ਨਹੀਂ, ਕੋਈ ਵਜ਼ੀਰੀਆਂ ਨਹੀਂ, ਜਿਹਨੇ ਚੇਅਰਮੈਨੀਆਂ ਲੈਣੀਆਂ ਵਜ਼ੀਰੀਆਂ ਲੈਣੀਆਂ ਉਹ ਸਮੁੰਦਰੀ ਆਲ ਦੇ ਵਿੱਚ ਚਲੇ ਜਾਓ। ਸੋ ਸਾਡੇ ਲੀਡਰ ਨੇ ਸਾਨੂੰ ਪਹਿਲੇ ਦਿਨ ਹੀ ਸਪਸ਼ਟ ਕਰ ਦਿੱਤਾ ਸੀ ਕਿ ਇਹ ਰਾਹ ਸ਼ਹਾਦਤਾਂ ਦਾ ਵਾ, ਇਹ ਰਾਹ ਕੁਰਬਾਨੀਆਂ ਦਾ ਵਾ। ਅੱਜ ਸਾਨੂੰ ਆਪਣੇ ਕੀਤੇ ਹੋਏ ਤੇ ਪੂਰਾ ਮਾਣ ਆ, ਸਾਨੂੰ ਆਪਣੇ ਲੀਡਰ ਤੇ ਵੀ ਪੂਰਾ ਮਾਣ ਆ ਕਿ ਜਿਹਦਾ ਅਸੀਂ ਗੋਦ ਦਾ ਨਿੱਗ ਮਾਣਿਆ, ਜਿਹਦੀ ਅਸੀਂ ਛਾਵੇਂ ਪਲੇ, ਜਿਹਦੀ ਛਾਵੇਂ ਅਸੀਂ ਕੌਮ ਦੀ ਸੇਵਾ ਕੀਤੀ, ਜਿਸ ਸ਼ਖਸੀਅਤ ਦੀ ਬਦੌਲਤ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਮਨਜੀਤ ਸਿੰਘ ਭੋਮੇ ਨੂੰ ਜਾਣਦੀਆਂ ਨੇ। ਜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨਾ ਹੁੰਦੇ, ਅਸੀਂ ਉਹਨਾਂ ਦੇ ਬਚਨਾਂ ਤੋਂ ਕਾਇਲ ਹੋ ਕੇ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਨਾ ਦਿੱਤਾ ਹੁੰਦਾ, ਤੇ ਅੱਜ ਮਨਜੀਤ ਸਿੰਘ ਭੋਮਾ ਵੀ ਪਿੰਡ ਦੇ ਵਿੱਚ ਹਲ ਵਾਹ ਰਿਹਾ ਹੁੰਦਾ, ਜਾਂ ਟਰੈਕਟਰ ਚਲਾ ਰਿਹਾ ਹੁੰਦਾ, ਜਾਂ ਛੋਟੀ ਮੋਟੀ ਨੌਕਰੀ ਕਰ ਰਿਹਾ ਹੁੰਦਾ, ਜਾਂ ਇੱਕ ਦੁਕਾਨ ਕਰ ਰਿਹਾ ਹੁੰਦਾ। ਇਹ ਸਾਡੇ ਲਈ ਮਾਣ ਤੇ ਫਖਰ ਦੀ ਗੱਲ ਆ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੀ ਕਾਇਮ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਭਾਰਤੀ ਫੌਜ ਨਾਲ ਲੜਾਈ ਲੜੀ ਆ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਡਟ ਕੇ ਸਾਥ ਦਿੱਤਾ ਵਾ। ਸਾਨੂੰ ਭੋਰਾ ਗਿਲਾ ਨਹੀਂ, ਭੋਰਾ ਸਾਨੂੰ ਰੋਸ ਨਹੀਂ, ਕਿਉਂਕਿ ਜਿਹੜੇ ਸੂਰਬੀਰ ਯੋਧੇ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਲਈ ਇਤਿਹਾਸ ਵਿੱਚ ਥਾਂ ਹੁੰਦੀ ਆ। ਉਹਨਾਂ ਦਾ ਜਾਇਦਾਦਾਂ ਨਾਲ ਕੋਈ ਵਹੁ ਵਾਸਤਾ ਨਹੀਂ ਹੁੰਦਾ। ਸੋ ਸਾਨੂੰ ਅੱਜ ਇਸ ਗੱਲ ਦਾ ਮਾਣ ਆ, ਜਦੋਂ ਵੀ ਕਦੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਗੱਲ ਚੱਲੂਗੀ ਜਾਂ ਫੌਜੀ ਹਮਲੇ ਦੀ ਕਹਾਣੀ ਲਿਖੀ ਜਾਊਗੀ,
ਤਾਂ ਉਸ ਫੌਜੀ ਹਮਲੇ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਟੀਮ ਦੇ ਵਿੱਚ ਸਾਡਾ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਵਾ ਨਾਂ ਲਿਖਿਆ ਜਾਊਗਾ। ਇਸ ਤੋਂ ਵੱਧ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ ਆ। ਇਹਨਾਂ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਕਰ ਰਿਹਾ ਕਿ ਜਿਨ੍ਹਾਂ ਨੇ ਸੰਤ ਦੇ ਰੂਹ ਗੁਰੂ ਹੋਣ ਦਾ ਜਿਹੜਾ ਵਾ ਦਾਸ ਨੂੰ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸਨ ਡਾਕਟਰ ਮਨਜੀਤ ਸਿੰਘ ਜੀ ਭੋਮਾ, ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਹੁਣ ਮੌਜੂਦਾ ਪ੍ਰਧਾਨ ਹਨ। ਸਾਰੀ ਗੱਲਬਾਤ ਅਸੀਂ ਤੁਹਾਡੇ ਸਾਹਮਣੇ ਰੱਖੀ ਆ, ਬਹੁਤ ਗੱਲਾਂ ਜਿਹੜੀਆਂ ਸਾਨੂੰ ਨਹੀਂ ਸਨ ਪਤਾ ਉਹਨਾਂ ਦਾ ਸੱਚ ਵੀ ਸਾਹਮਣੇ ਆਇਆ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਕਿਤੇ ਨੈਕਸਟ ਟਾਈਮ ਇਹਨਾਂ ਨਾਲ ਮਿਲ ਕੇ ਹੋਰ ਵੀ ਜਿਹੜੀ ਜਾਣਕਾਰੀ ਉਹ ਵੀ ਪ੍ਰਾਪਤ ਕਰਾਂਗੇ। ਇੱਥੇ ਹੀ ਖਿਮਾ ਦੇ ਜਾਚ ਕੇ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹੋ ਆਵਾਜ਼ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।